ਕਈ ਵਾਰੀ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਸੀ ਕਿ ਰੋਟੀ ਵੀ ਦੋ-ਦੋ ਦਿਨ ਨਹੀਂ ਮਿਲਦੀ ਸੀ ਇੱਕ ਰੋਟੀ ਅੱਜ ਪੱਕੀਏ ਤਾਂ ਉਹਦੇ ਨਾਲ ਦੂਸਰਾ ਦਿਨ ਵੀ ਟਪਾਉਂਦੇ ਸੀ ਅੱਜਕੱਲ ਦਾ ਮਾਹੌਲ ਇਸ ਤਰ੍ਹਾਂ ਦਾ ਚੱਲ ਰਿਹਾ ਕਿ ਸਾਨੂੰ ਸੰਤ ਦੇ ਬਾਰੇ ਜਾਂ ਸੰਤ ਸ਼ਬਦ ਦੇ ਬਾਰੇ ਮਾਲੂਮ ਹੀ ਨਹੀਂ ਵੀ ਸੰਤ ਹੁੰਦਾ ਕੀ ਹੈ ਅਚਾਨਕ ਕਹਿੰਦੇ ਨਾ ਪੰਜਾਬੀ ਚ ਕਹਾਵਤ ਹੁੰਦੀ ਹੈ ਵੀ ਜੇ ਜੀ ਕੋਕੋ ਉਹ ਜੇ ਬੱਚੇ ਵੀ ਜੈਸੇ ਸਾਡੇ ਮਾਵਾ ਪਉਣਗੇ ਉਸ ਵੈਸੇ ਹੀ ਅੱਗੇ ਬੱਚੇ ਹੋਣਗੇ ਅਗਰ ਕੋਈ ਔਖਾ ਵੀ ਬੋਲਦਾ ਸੀ ਕੋਈ ਆ ਕੇ ਲੜਦਾ ਵੀ ਸੀ ਕੋਈ ਝਗੜਦਾ ਵੀ ਸੀ ਲੇਕਿਨ ਅਸੀਂ ਕਦੇ ਕਿਸੇ ਦੀ ਕੋਈ ਪਰਵਾਹ ਨਹੀਂ ਕੀਤੀ ਅਸੀਂ ਆਪਣੀ ਸੇਵਾ ਦਾ ਜਿਹੜਾ ਮਿਸ਼ਨ ਸੀ ਉਹਨੂੰ ਚਲਾਉਂਦੇ ਰਹੇ ਚਲਾਉਂਦੇ ਰਹੇ ਸੱਤੀ ਜੀ ਹੱਡ ਵੀਤੀ ਇਸ ਤਰ੍ਹਾਂ ਹੋਈ ਕਿ ਇੱਕ ਵਾਰੀ ਮਤਲਬ ਸਾਨੂੰ ਜ਼ੁਕਾਮ ਦੀ ਪ੍ਰੋਬਲਮ ਆ ਗਈ ਜਿਵੇਂ ਨਜ਼ਲਾ ਛਿੱਕਾਂ ਦਾ ਪ੍ਰੋਬਲਮ ਆ ਉਹ ਇੰਨੀ ਭਿਆੰਕਰ ਹੋ ਗਈ ਰੇ ਇੰਨੀ ਵੱਧੀ ਗਈ ਕਿ ਉਹਦੇ ਨਾਲ ਜਿਹੜਾ ਹੈ ਸਾਡਾ ਸਾਰਾ ਸਿਸਟਮ ਪੜਾਈ ਦਾ ਸਾਡੀ ਲਾਇਬ ਦਾ ਸਾਰਾ ਸਿਸਟਮ ਡਿਸਟਰਬ ਹੋ ਗਿਆ ਔਰ ਮਜ਼ਦੂਰੀ ਕਰਕੇ ਫਿਰ ਓਫਿਸ ਭਰ ਕੇ ਫਿਰ ਜਿਹੜਾ ਹੈ ਉਹ ਪੜਾਈ ਮੁਕੰਮਲ ਕੀਤੀ ਏ ਔਰ ਕੁਦਰਤੀ ਸਾਡੇ ਉਹ ਜਿੱਥੇ ਅਸੀਂ ਪੜਾਈ ਕਰ ਰਹੇ ਸੀ ਰਾਜਸਥਾਨ ਦੇ ਵਿੱਚ ਰਾਜਸਿੰਘ ਨਗਰ ਉੱਥੇ ਇੱਕ ਮਹਾਂਪੁਰਸ਼ਾਂ ਦਾ ਕੈਂਪ ਲੱਗਿਆ ਸੀ ਸੰਤ ਜੀ ਦਾ ਔਰ ਉੱਥੇ ਅਲੱਗ-ਅਲੱਗ ਤਰ੍ਹਾਂ ਦੇ ਰੋਗੀ ਪੇਸ਼ੈਂਟ ਉਹਨਾਂ ਕੋਲੇ ਮਤਲਬ ਬੈਠੇ ਸੀ ਔਰ ਲੋਕਾਂ ਨੂੰ ਮੈਨੇ ਕਈ ਵਾਰ ਪੁੱਛਿਆ ਵੀ ਤੁਹਾਨੂੰ ਕੋਈ ਫਾਇਦਾ ਵੀ ਹੈ ਜਾਂ ਨਹੀਂ ਜਿਵੇਂ ਆਪਾਂ ਜਾਣਦੇ ਆ ਕਈ ਵਾਰ ਪੁੱਛ ਹੀ ਲੈਂਦੇ ਆ ਮੈਨੇ ਫਿਰ ਸੰਤ ਜੀ ਨਾਲ ਗੱਲਬਾਤ ਕੀਤੀ ਉਹ ਸਾਡਾ ਜਿਹੜਾ ਮਿਸ਼ਨ ਸੀ ਉਹ ਬੜੇ ਹਾਈ ਲੈਵਲ ਤੇ ਜਾਣਾ ਸੀ ਲੇਕਿਨ ਉਹਦੇ ਵਿੱਚ ਇੱਕ ਅੜਚਨ ਐਸੀ ਪੈਦਾ ਹੋਈ ਕਿ ਮਦੇਵੀ ਪਿੰਡ ਹੈ ਮਲੇਰ ਕੋਟਲਾ ਦੇ ਕੋਲੇ ਉਥੋਂ ਦੀ ਇੱਕ ਬੜੇ ਅੱਛੇ ਪਰਿਵਾਰ ਦੀ ਬੀਬੀ ਸੀ ਤੇ ਉਹਨੂੰ ਕੈਂਸਰ ਹੋ ਗਿਆ। ਔਰ ਡਾਕਟਰਾਂ ਨੇ ਪੀਜੀਏ ਨੇ ਸਾਰਿਆਂ ਨੇ ਸਭ ਨੇ ਜਵਾਬ ਦਿੱਤਾ ਵੀ ਇਹਨੂੰ ਕਰੇ ਲੈ ਜਾਓ। ਹੁਣ ਤਾਂ ਇਹਨੇ ਬਸ 5-7 ਦਿਨਾਂ ਦੀ ਮਹਿਮਾਨ ਹੈ। ਸਾਡੇ ਕੋਲੇ ਉੱਥੇ ਜਿਵੇਂ ਹੁਣ ਇਸ ਟਾਈਮ ਮੌਜੂਦਾ ਸਾਧੂ ਸਿੰਘ ਧਰਮਸੋਤ ਜੀ ਉੱਥੋਂ ਦੇ ਐਸਪੀ ਬੋਪਰਾਇ ਜੀ ਤੇ ਹੋਰ ਕਈ ਲੋਕ ਆਏ ਹੋਏ ਸੀ। ਤੇ ਉਹ ਬੀਬੀ ਨੂੰ ਜਦੋਂ ਦੇਖਿਆ ਵੀ ਉਹ ਕਹਿੰਦੇ ਜੀ ਬਾਬਾ ਜੀ ਇਹ ਹੈ ਵੀ ਇਹ ਕੇਸ ਤੁਸੀਂ ਨਾ ਲਓ। ਤੋ ਮੈਨੇ ਕਹ ਚਲੋ ਠੀਕ ਹੈ ਵੀ ਪ੍ਰਮਾਤਮਾ ਜੋ ਕਰੇਗਾ ਜਿਸ ਦਿਨ ਸਾਡਾ ਕੈਂਪ ਸਮਾਪਤ ਹੋਣਾ ਸੀ 15 ਦਿਨ ਦਾ ਉਹਦੇ ਇੱਕ ਦਿਨ ਪਹਿਲਾਂ ਉਹਨੂੰ ਰਾਤ ਨੂੰ ਪੇਟ ਦੇ ਅੰਦਰ ਬੜਾ ਭਿਆੰਕਰ ਦਰਦ ਹੋਇਆ ਕੋਈ ਵੀ ਐਸਾ ਰੋਗ ਨਹੀਂ ਹੈ ਜਿਹਦਾ ਇਲਾਜ ਨਹੀਂ ਹਰ ਇੱਕ ਰੋਗ ਦਾ ਇਲਾਜ ਹੈ ਟੋਟਲ ਹੁਣ ਤੱਕ ਕਿੰਨੇ ਕ ਦੇ ਤਕਰੀਬਨ ਜਿਹੜੇ ਪੇਸ਼ੈਂਟ ਆ ਤੁਹਾਡੇ ਕੋਲ ਤੋਂ ਠੀਕ ਹੋ ਕੇ ਚਲੇ ਗਏ ਤਕਰੀਬਨ 22 ਲੱਖ ਪੇਸ਼ੈਂਟ ਜਿਹੜੇ ਨੇ ਉਹ ਅੱਜ ਤੱਕ ਸਾਡੇ ਕੋਲੋਂ ਇਲਾਜ ਲੈ ਚੁੱਕੇ ਨੇ ਔਰ ਇਹਨਾਂ ਦਾ ਰਿਜ਼ਲਟ ਜਿਹੜਾ ਹੈ 95% ਰਿਹਾ ਹੈ ਅੱਸੀ ਕਾਲ ਜੀ ਮੈਂ ਤੁਹਾਡਾ ਆਪਣਾ ਸੱਤੀ ਤੁਸੀਂ ਵੇਖ ਰਹੇ ਹੋ ਚੈਨਲ ਸੱਤ ਰੰਗ ਤੇ ਚੈਨਲ ਸੱਤ ਰੰਗ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਬਾਪੂ ਦੇ ਕਿਸੇ ਬਾਪੂ ਦੇ ਕਿਸੇ ਦੇ ਵਿੱਚ ਅਸੀਂ ਤੁਹਾਨੂੰ ਵੱਖੋ ਵੱਖਰੇ ਕਿਸੇ ਸੁਣਾਉਨੇ ਆ ਜਿਨ੍ਹਾਂ ਤੋਂ ਕਿ ਸਾਰਿਆਂ ਨੂੰ ਕੁਝ ਸਿੱਖਣ ਨੂੰ ਵੀ ਮਿਲਦਾ ਤੇ ਬਹੁਤ ਹੀ ਚੰਗੇ ਐਸੇ ਇਨਸਾਨ ਹੁੰਦੇ ਨੇ ਬਹੁਤ ਹੀ ਭਾਗਾ ਵਾਲੇ ਐਸੇ ਇਨਸਾਨ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਕਹਿੰਦੇ ਨੇ ਕਿ ਚੰਗੇ ਕੰਮ ਵੀ ਉਹੀ ਇਨਸਾਨ ਕਰ ਸਕਦਾ ਜਿਨ੍ਹਾਂ ਦੇ ਉੱਤੇ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਅੱਜ ਬਹੁਤ ਹੀ ਇੱਕ ਵਧੀਆ ਦਿਨ ਚੜਿਆ ਸਾਡੇ ਲਈ ਕਿਉਂਕਿ ਸਾਡੇ ਸਟੂਡੀਓ ਦੇ ਵਿੱਚ ਐਸੀ ਇੱਕ ਚੰਗੀ ਸ਼ਖਸੀਅਤ ਪਹੁੰਚੇ ਨੇ ਜਿਨ੍ਹਾਂ ਨੂੰ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਆਪਾਂ ਉਹਨਾਂ ਦੀਆਂ ਵੀਡੀਓਜ਼ ਨੂੰ ਦੇਖਦੇ ਰਹਿੰਦੇ ਆ ਜੋ ਕਿ ਤਕਰੀਬਨ ਜਿਹੜੇ ਰੋਗੀ ਹੁੰਦੇ ਨੇ ਉਹਨਾਂ ਦਾ ਇਲਾਜ ਕਰਦੇ ਹੋਏ ਦਿਖਾਈ ਦਿੰਦੇ ਨੇ ਸੋ ਮੈਂ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਸਵਾਗਤ ਕਰਦਾ ਸੰਤ ਜਗਦੀਸ਼ ਮੋਰੀ ਜੀ ਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤੀ ਜੀ ਕੀ ਹਾਲ ਚੱਲਿਆ ਜੀ ਬਹੁਤ ਅੱਛਾ ਹੈ ਆਪ ਜੀ ਸੁਣਾਓ ਬਸ ਵਧੀਆ ਜੀ ਕਿਵੇਂ ਸਿਹਤ ਠੀਕ ਠਾਕ ਜੀ ਸਿਹਤ ਬਿਲਕੁਲ ਠੀਕ ਹੈ ਬਹੁਤ ਅੱਛਾ ਹੈ ਆਪ ਜੀ ਸਤੀ ਜੀ ਔਰ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਨੇ ਸਾਨੂੰ ਬੁਲਾਇਆ ਹੈ ਔਰ ਸਾਨੂੰ ਇਸ ਕਾਬਲ ਸਮਝੇ ਅਕਸਰ ਹੀ ਤੁਹਾਨੂੰ ਜਿਹੜਾ ਹੈਗਾ ਕੈਂਪਾਂ ਦੇ ਵਿੱਚ ਦੇਖਿਆ ਜਾਂਦਾ ਹੈ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਜਿਵੇਂ ਹੁਣ ਹਾਲ ਹੀ ਦੇ ਵਿੱਚ ਵੀ ਤੁਹਾਡਾ ਨਵਾਂ ਸ਼ਹਿਰ ਵਿੱਚ ਇੱਕ ਕੈਂਪ ਲੱਗਿਆ ਹੋਇਆ ਸੀ 10 ਦਿਨਾਂ ਦਾ ਹੈ ਨਾ ਤੇ ਉੱਥੇ ਤੁਸੀਂ ਜਿੰਨੇ ਵੀ ਰੋਗੀ ਹੁੰਦੇ ਨੇ ਮਾਨਸਿਕ ਤੌਰ ਦੇ ਉੱਤੇ ਜਾਂ ਕਿਸੇ ਵੀ ਤਰੀਕੇ ਹੈ ਨਾ ਫਿਜ਼ੀਕਲੀ ਕੋਈ ਬੰਦਾ ਮਤਲਬ ਕਿ ਕੋਈ ਕਿਸੇ ਨੂੰ ਪ੍ਰੋਬਲਮ ਹੈਗੀ ਆ ਉਹਨਾਂ ਨੂੰ ਤੁਸੀਂ ਠੀਕ ਕਰਦੇ ਹੋਏ ਉਹੀ ਵੀਡੀਓ ਤੁਹਾਡੀ ਸੋਸ਼ਲ ਮੀਡੀਆ ਉੱਤੇ ਦੇਖੀ ਜਾਂਦੀਆਂ ਨੇ ਤੇ ਅੱਜ ਕੈਂਪ ਦੇ ਸਿਲਸਿਲੇ ਦੇ ਵਿੱਚ ਚੰਡੀਗੜ੍ਹ ਆਏ ਹੋਏ ਹਾਂ ਜਾਂ ਮਤਲਬ ਕਿ ਕੋਈ ਹੋਰ ਕੰਮ ਸੀ ਸਤੀਜ ਜੀ ਇਸ ਤਰ੍ਹਾਂ ਸੀ ਅੱਜ ਸਾਡੀ ਲਗਾਤਾਰ ਪਿਛਲੇ 30 ਸਾਲਾਂ ਤੋਂ ਸੇਵਾ ਪੂਰੇ ਦੇਸ਼ ਦੇ ਵਿੱਚ ਚੱਲ ਰਹੀ ਹੈ ਜਿਦੇ ਵਿੱਚ ਅਸੀਂ 15 ਰੋਜ਼ਾ ਕੈਂਪ ਆਰਗੇਨਾਈਜ਼ ਕਰਦੇ ਹਾਂ ਔਰ ਇਹ ਜਿਹੜੀ ਲੜੀ ਹੈ 468 ਤੱਕ ਪਹੁੰਚ ਗਈ ਸੀ ਕੀ ਮਾਤਾ ਔਰ ਸਾਡਾ ਇੱਕ ਮਕਸਦ ਹੈਗਾ ਸੀ ਜ਼ਿੰਦਗੀ ਦਾ ਉਹ ਸਾਨੂੰ ਅੱਜ ਲੱਗਿਆ ਵੀ ਸਾਡਾ ਪੂਰਾ ਹੋ ਰਿਹਾ ਉਹਦੇ ਸਿਲਸਿਲੇ ਦੇ ਵਿੱਚ ਅਸੀਂ ਇੱਥੇ ਆਏ ਸੀ ਔਰ ਉਹਦੇ ਲਈ ਸਾਡਾ ਇਹ ਮਿਸ਼ਨ ਸੀ ਕਿ ਜੋ ਵਿੱਦਿਆ ਸਾਡੇ ਕੋਲ ਹੈ ਜੋ ਕੁਦਰਤ ਨੇ ਸਾਨੂੰ ਬਖਸ਼ੀ ਹੈ ਔਰ ਸੰਤਾ ਮਹਾਂਪੁਰਸ਼ਾਂ ਦੀ ਰਹਿਮਤ ਦੇ ਨਾਲ ਗੁਰੂਆਂ ਪੀਰਾਂ ਦੀ ਰਹਿਮਤ ਦੇ ਨਾਲ ਜੋ ਵਿੱਦਿਆ ਸਾਨੂੰ ਹਾਸਲ ਹੋਈ ਔਰ ਸਾਡੇ ਦੇਸ਼ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਸ਼ਾਸਤਰ ਨੇ ਉਹਨਾਂ ਨੂੰ ਉਹਨਾਂ ਦਾ ਅਧਿਐਨ ਤੋਂ ਬਾਅਦ ਜੋ ਵਿੱਦਿਆ ਸਾਨੂੰ ਹਾਸਲ ਹੋਈ ਸੀ ਉਹਦੇ ਵਿੱਚ ਅਸੀਂ ਇੱਕ ਪદ્ધਤੀ ਦੀ ਖੋਜ ਕੀਤੀ ਹੈ ਜੀ ਔਰ ਉਹਦਾ ਨਾਮ ਅਸੀਂ ਨਿਊਰੋ ਹੀਲਿੰਗ ਰੱਖਿਆ ਸੀ ਹਮ ਔਰ ਮੇਨ ਸਾਡਾ ਇੱਕ ਮਕਸਦ ਸੀ ਕਿ ਇਹ ਜੋ ਵਿੱਦਿਆ ਜਿਹਦੇ ਨਾਲ ਅਸੀਂ ਇਲਾਜ ਕਰ ਰਹੇ ਹਾਂ ਇਹ ਵਿੱਦਿਆ ਪੂਰੀ ਮਾਨਵਤਾ ਤੱਕ ਪਹੁੰਚੇ ਪੂਰੀ ਪੂਰੇ ਜਨ ਜਨ ਤੱਕ ਪਹੁੰਚੇ ਤਾਂ ਕਿ ਜੋ ਹੈ ਸਾਰੇ ਲੋਕ ਸਾਰੀ ਮਾਨਵਤਾ ਜਾਂ ਸਾਰੀ ਸੰਗਤ ਜੋ ਹੈ ਇਹਦਾ ਲਾਹਾ ਲੈ ਸਕੇ ਜੀ ਤਾਂ ਉਹਨੂੰ ਅਸੀਂ ਸਾਨੂੰ ਇੱਕ ਪ੍ਰੋਬਲਮ ਆ ਰਹੀ ਸੀ ਕਿ ਇਹ ਜੋ ਪદ્ધਤੀ ਅਸੀਂ ਖੋਜ ਕੀਤੀ ਹੈ ਇਹਦੀ ਸਰਕਾਰ ਤੋਂ ਮਾਨਤਾ ਮਿਲ ਜਾਏ ਜੀ ਤਾਂ ਉਹਦੇ ਸਿਲਸਿਲੇ ਵਿੱਚ ਅਸੀਂ ਪਿਛਲੀ 14 ਤਰੀਕ ਨੂੰ ਵੀ ਆਏ ਸੀ ਉਹ ਡਾਕਟਰ ਰਾਜਕੁਮਾਰ ਵੇਰਕਾ ਜੀ ਨੇ ਜੋ ਕਿ ਪੰਜਾਬ ਦੇ ਕੈਬਨਟ ਮੰਤਰੀ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਦੀ ਸਰਕਾਰ ਦੇ ਵਿੱਚ ਜੀ ਔਰ ਉਹਨਾਂ ਨੂੰ ਅਸੀਂ ਮਿਲੇ ਸੀ ਉਹਨਾਂ ਨੂੰ ਉਹਨਾਂ ਕੋਲ ਟਾਈਮ ਵੀ ਲਿਆ ਸੀ ਪਿਛਲੀ ਵਾਰੀ ਵੀ ਜੀ ਔਰ ਮਿਲਣ ਤੋਂ ਬਾਅਦ ਉਹਨਾਂ ਦਾ ਜਿਹੜਾ ਨੇਚਰ ਔਰ ਸੁਭਾਅ ਮੈਨੂੰ ਬੜਾ ਅੱਛਾ ਲੱਗਿਆ ਔਰ ਉਹਨਾਂ ਨੇ ਬੜਾ ਅੱਛਾ ਰਿਸਪੌਂਸ ਦਿੱਤਾ ਹਮ ਔਰ ਅੱਜ ਉਹਨਾਂ ਨੇ ਫਾਈਨਲੀ ਜਿਹੜਾ ਹੈ ਜਿਹੜੇ ਨੀਚੇ ਦੇ ਜਿੰਨੇ ਵੀ ਅਧਿਕਾਰੀ ਸੀ ਸਾਰਿਆਂ ਨੂੰ ਕਹਿਤਾ ਕਿ ਇਸ ਪદ્ધਤੀ ਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਮਾਨਤਾ ਦਿੱਤੀ ਜਾਵੇ ਤਾਂ ਕਿ ਸਾਡੇ ਜਿੰਨੇ ਵੀ ਬੇਰੋਜ਼ਗਾਰ ਬੱਚੇ ਨੇ ਜਾਂ ਪੜ੍ਹੇ ਲਿਖੇ ਬੱਚੇ ਨੇ ਜੋ ਕਿ ਹੈਲਥ ਦੇ ਵਿੱਚ ਸੇਵਾ ਕਰਨਾ ਚਾਹੁੰਦੇ ਨੇ ਉਹ ਇਸ ਚੀਜ਼ ਨੂੰ ਸਿੱਖ ਕੇ ਜਿਹੜਾ ਲੋਕਾਂ ਦਾ ਭਲਾ ਕਰਨ ਬਹੁਤ ਜ਼ਰੂਰੀ ਹੈ ਜੀ ਜ਼ਿੰਦਗੀ ਦੇ ਵਿੱਚ ਕਿਉਂਕਿ ਇੱਕ ਤਾਂ ਚੰਗਾ ਕੰਮ ਹੈਗਾ ਵੈਸੇ ਤੁਸੀਂ ਕਰ ਰਹੇ ਹੋ ਹੈਨਾ ਕਿ ਜਿਹੜੇ ਮਤਲਬ ਕਿ ਜਿੰਨੇ ਵੀ ਦੁਨੀਆ ਦੇ ਵਿੱਚ ਹਰ ਇੱਕ ਬੰਦਾ ਬਹੁਤ ਪਰੇਸ਼ਾਨ ਹੈ ਪਰ ਜਦੋਂ ਮਤਲਬ ਸਿਹਤ ਪੱਖੋਂ ਵੀ ਬਹੁਤ ਜ਼ਿਆਦਾ ਹੋਵੇ ਨਾ ਜਿਵੇਂ ਕੋਈ ਐਸੀ ਗੱਲ ਹੈ ਫਿਜ਼ੀਕਲੀ ਤੁਸੀਂ ਮਤਲਬ ਕਿ ਕਿਸੇ ਪ੍ਰੋਬਲਮ ਦੇ ਨਾਲ ਜੂਝ ਰਹੇ ਹੋ ਤਾਂ ਉਹ ਬਹੁਤ ਜ਼ਿਆਦਾ ਬੰਦੇ ਨੂੰ ਤੋੜਦੀ ਹੈ ਚੀਜ਼ ਹੈ ਨਾ ਸੰਗਤ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗਾ ਵੀ ਇਹਨਾਂ ਚੀਜ਼ਾਂ ਤੇ ਖਾਸ ਕਰਕੇ ਧਿਆਨ ਵੀ ਰੱਖਣਾ ਕਿ ਮੰਨ ਲਓ ਆਪਜੀ ਦੇ ਸਰੀਰ ਦੇ ਵਿੱਚ ਕੋਈ ਵੀ ਅਗਰ ਬਿਮਾਰੀ ਹੈ ਕੋਈ ਵੀ ਅਗਰ ਰੋਗ ਹੈ ਕੋਈ ਵੀ ਤਕਲੀਫ ਹੈ ਤਾਂ ਇਹ ਨਹੀਂ ਹੁੰਦਾ ਕਿ ਐਲੋਪੈਥੀ ਜਿਹੜਾ ਡਾਕਟਰ ਹੈ ਅਗਰ ਉਹਨੇ ਤੁਹਾਨੂੰ ਕਹਿਤਾ ਕਿ ਇਹਦਾ ਇਲਾਜ ਨਹੀਂ ਹੈ ਤਾਂ ਤੁਸੀਂ ਇਹ ਸੋਚੋ ਵੀ ਹੁਣ ਤਾਂ ਮੇਰਾ ਇਲਾਜ ਹੋਣਾ ਹੀ ਨਹੀਂ ਇਹ ਸਮਝਣ ਦੀ ਜ਼ਰੂਰਤ ਹੈ ਇਹ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਚਾਰ ਤਰ੍ਹਾਂ ਦੀ ਪੈਥੀ ਹੁੰਦੀ ਹੈ ਚਾਰ ਤਰ੍ਹਾਂ ਦੇ ਡਾਕਟਰ ਹੁੰਦੇ ਨੇ ਐਲੋਪੈਥੀ ਡਾਕਟਰ ਉਹ ਵੀ ਡਾਕਟਰ ਹੈ ਆਯੁਰਵੇਦ ਜਿਹੜੇ ਜੜੀ ਬੂਟੀਆਂ ਨਾਲ ਇਲਾਜ ਕਰਦੇ ਨੇ ਉਹ ਵੀ ਡਾਕਟਰ ਨੇ ਉਹ ਵੈਦ ਆਪਾਂ ਕਹਿ ਦਿੰਦੇ ਆ ਹੋਮਿਓਪੈਥੀ ਜੋ ਸਰਕਾਰ ਵੱਲੋਂ ਮੰਨਤਾ ਹੈ ਪੂਰੀ ਦੁਨੀਆ ਵੱਲੋਂ ਮੰਨਤਾ ਹੈ ਉਹ ਵੀ ਡਾਕਟਰ ਨੇ ਔਰ ਨੇਚਰਲ ਪੈਥੀ ਦੇ ਵੀ ਡਾਕਟਰ ਨੇ ਉਹ ਵੀ ਡਾਕਟਰ ਨੇ ਜੀ ਤੋਂ ਸਾਰੇ ਜਿਹੜੇ ਨੇ ਆਪਣਾ ਆਪਣਾ ਇਲਾਜ ਕਰਦੇ ਨੇ ਔਰ ਇੱਕ ਗੱਲ ਮੰਨ ਕੇ ਜ਼ਰੂਰ ਚੱਲਣੀ ਚਾਹੀਦੀ ਸਾਨੂੰ ਕਿ ਕੋਈ ਵੀ ਐਸਾ ਰੋਗ ਨਹੀਂ ਹੈ ਜਿਹਦਾ ਇਲਾਜ ਨਹੀਂ ਹੈ ਜੀ ਕੋਈ ਵੀ ਐਸਾ ਰੋਗ ਨਹੀਂ ਹੈ ਜਿਹਦਾ ਇਲਾਜ ਨਹੀਂ ਹੈ ਹਰ ਇੱਕ ਰੋਗ ਦਾ ਇਲਾਜ ਹੈ ਅਗਰ ਅਸੀਂ ਸਮੇਂ-ਸਮੇਂ ਇਹਨਾਂ ਪદ્ધਤੀਆਂ ਦੇ ਨਾਲ ਇਹਨਾਂ ਥੈਰੇਪੀਆਂ ਦੇ ਨਾਲ ਜਾਂ ਇਹਨਾਂ ਪੈਥੀਜ਼ ਤੋਂ ਅਸੀਂ ਜਾਨੂ ਹੋਈਏ ਤੋਂ ਜੀ ਤੇ ਹੁਣ ਮਤਲਬ ਕਿ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਜਿਹੜੀਆਂ ਚਾਰੇ ਥੈਰੇਪੀਸ ਹੈਗੀਆਂ ਪੈਥੀਸ ਸਮਝਾਈਆਂ ਲੋਕਾਂ ਨੂੰ ਤੇ ਮੈਂ ਚਾਹੁੰਨਾ ਕਿ ਨਿਊਰੋ ਹੀਲਿੰਗ ਜਿਹੜੀ ਤੁਹਾਡੀ ਇਹ ਨੇਚਰਲ ਦੇ ਵਿੱਚ ਆਉਂਦੀ ਹੈ ਇਹ ਨੈਚੁਰਲ ਦੇ ਵਿੱਚ ਹੈ ਨੈਚੁਰਲ ਪੈਥੀ ਬਿਲਕੁਲ ਟੋਟਲੀ ਨੈਚੁਰਲ ਪੈਥੀ ਹੈ ਵਿਦਾਊਟ ਮੈਡੀਸਨ ਹੈ ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਦਵਾਈ ਦਾ ਜਿਹੜਾ ਹੈ ਉਹ ਪ੍ਰਯੋਗ ਨਹੀਂ ਕੀਤਾ ਜਾਂਦਾ ਜੀ ਤੇ ਇਹਦੇ ਵਿੱਚ ਫਿਰ ਤੁਸੀਂ ਕੀ ਕਰਦੇ ਹੋ ਜਿਵੇਂ ਹੁਣ ਤੁਸੀਂ ਪਹਿਲਾਂ ਵੀ ਦੱਸਿਆ ਕਿ ਇਹਦਾ ਜਿਹਨੂੰ ਡਿਸਕਵਰ ਜਾਂ ਇਨਵੈਂਟ ਕਰਨ ਵਾਲੇ ਵੀ ਤੁਸੀਂ ਖੁਦ ਹੋ ਹੈਨਾ ਇਹਦੇ ਵਿੱਚ ਹੈ ਕੀ ਹੈ ਬੇਸਿਕਲੀ ਨਿਊਰੋ ਹੀਲਿੰਗ ਦੇ ਵਿੱਚ ਦੇਖੋ ਇਹਦੇ ਵਿੱਚ ਬਿਲਕੁਲ ਸਿੰਪਲ ਫਾਰਮੂਲਾ ਹੈ ਜੋ ਕਿ ਨੇਚੁਰਲੀ ਹੈ ਇਹਦੇ ਵਿੱਚ ਕੀ ਹੁੰਦਾ ਮੰਨ ਲਓ ਸਾਡੀ ਆ ਨਾੜੀ ਬੰਦ ਹੈ ਹੂੰ ਇਨੂੰ ਅਸੀਂ ਕੀ ਕਰਨਾ ਹੈ ਇਹਦੇ ਵਿੱਚ ਥਿਉਰੀ ਅਸੀਂ ਬਣਾਈ ਹੈ ਜਿਹਨੂੰ ਅਸੀਂ 6 ਕੀ ਕਹਿੰਦੇ ਹਾਂ ਜਿਵੇਂ ਬ੍ਰਹਮੰਡ ਦਾ ਇੱਕ ਕੋਸਮਿਕ ਦਾ ਲਾਹ ਹੈ 6 ਕੀ 6 ਕੀ ਦਾ ਮਤਲਬ ਹੁੰਦਾ ਹੈ ਜਿਵੇਂ ਹਰ 2 ਘੰਟੇ ਬਾਅਦ ਊਰਜਾ ਚੇਂਜ ਹੁੰਦੀ ਹੈ ਜੀ ਦੇਖਿਆ ਨਾ ਸਵੇਰੇ 3 ਤੋਂ 5 ਊਰਜਾ ਹੋਰ ਹੁੰਦੀ ਹੈ 5 ਤੋਂ 7 ਹੋਰ ਹੁੰਦੀ ਹੈ 7 ਤੋਂ 9 ਹੋਰ ਹੁੰਦੀ ਹੈ 9 ਤੋਂ 11 ਜਿਵੇਂ ਮੰਨ ਲਓ ਸੂਰਜ ਚੜਦਾ ਹੈ 3 ਤੋਂ 5 ਸੂਰਜ ਦੀ ਗਰਮੈਸ਼ ਹੋਰ ਹੈ 5 ਤੋਂ 7 ਫਿਰ ਚੇਂਜ ਹੋ ਗਈ 7 ਤੋਂ 9 ਫਿਰ ਚੇਂਜ ਹੋ ਗਈ 9 ਤੋਂ 11 ਫਿਰ ਇਸੇ ਤਰ੍ਹਾਂ ਚੇਂਜ ਹੁੰਦਾ ਇਹਨੂੰ 6th ਕੀ ਲਾ ਕਹਿੰਦੇ ਨੇ ਜੀ ਇਸੇ ਤਰ੍ਹਾਂ ਹੀ ਅਸੀਂ ਨੇਚਰਲ ਨੂੰ ਮੁੱਖ ਰੱਖਦੇ ਹੋਏ ਇੱਕ 6th ਕੀ ਥਿਉਰੀ ਤਿਆਰ ਕਰਤੀ ਉਹਦੇ ਵਿੱਚ ਕੀ ਹੈ ਪਹਿਲਾ ਪੁਆਇੰਟ ਹੈ ਪ੍ਰੈਸ਼ਰ ਪੀ ਇਹਦਾ ਨਾਮ ਅਸੀਂ ਰੱਖਿਆ ਪੀ ਆਰ ਐਮ ਵੀ ٹی ਐਸ ਮੈਂ ਦੁਬਾਰਾ ਰਿਪੀਟ ਕਰਾਂ ਪੀ ਆਰ ਐਮ ਵੀ ਟੀ ਐਸ ਇਹਦਾ ਪੂਰਾ ਨਾਮ ਹੈ ਇਹ ਥਿਉਰੀ ਦਾ ਜੀ ਪੀ ਦਾ ਮਤਲਬ ਹੁੰਦਾ ਪ੍ਰੈਸ਼ਰ ਜਿਵੇਂ ਮੰਨ ਲਓ ਆ ਨਾੜੀ ਸੇ ਮੇਰੀ ਬੰਦ ਹੈ ਤਾਂ ਇਹਨੂੰ ਮੈਨੇ ਪ੍ਰੈਸ਼ਰ ਦਿੱਤਾ ਜੀ ਪਹਿਲਾ ਪੁਆਇੰਟ ਹੋ ਗਿਆ ਉਸ ਤੋਂ ਬਾਅਦ ਆਰ ਫੋਰ ਰਬਿੰਗ ਰਬਿੰਗ ਦਾ ਮਤਲਬ ਹੁੰਦਾ ਇਹਨੂੰ ਥੋੜਾ ਜਿਹਾ ਸਹਲਾ ਦੇਣਾ ਹੂੰ ਰਬ ਕਰ ਦੇਣਾ ਰਬ ਕਰ ਦੇਣਾ ਰਬਿੰਗ ਹੋ ਗਈ ਔਰ ਤੀਸਰਾ ਹੋ ਗਿਆ ਐਮ ਫੋਰ ਮ사ਜ ਇਹਦੇ ਉੱਤੇ ਹਲਕਾ ਅਸੀਂ ਤੇਲ ਦਾ ਪ੍ਰਯੋਗ ਕਰਦੇ ਹਾਂ ਤੇਲ ਵੀ ਸਾਰੇ ਨੇਚਰਲੀ ਹੁੰਦੇ ਨੇ ਜਿਵੇਂ ਸਰਸੋਂ ਦਾ ਮਸਟਰਡ ਆਇਲ ਹੋ ਗਿਆ ਤਿਲ ਦਾ ਤੇਲ ਹੋ ਗਿਆ ਜਿਹਨੂੰ ਆਪਾਂ ਮਿੱਠਾ ਤੇਲ ਵੀ ਕਹਿ ਦਿੰਦੇ ਹਾਂ ਪੰਜਾਬੀ ਪਾਸ਼ਾ ਜੀ ਅਲਸੀ ਦਾ ਤੇਲ ਹੋ ਗਿਆ ਬਾਦਾਮ ਦਾ ਤੇਲ ਹੋ ਗਿਆ ਇਹ ਸਾਰੇ ਨੇਚਰਲੀ ਤੇਲ ਨੇ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਕੀਤੀ ਜਾਂਦੀ ਤਾਂ ਉਸ ਤੋਂ ਬਾਅਦ ਆ ਗਈ ਮ사ਜ ਤੇਲ ਲਗਾ ਕੇ ਹਲਕੀ ਜਿਹੀ ਮ사ਜ ਕਰਾਂਗੇ ਨਾੜੀ ਨਰਮ ਵੀ ਹੋ ਜਾਏਗੀ ਜੀ ਔਰ ਮ사ਜ ਦੇਣ ਦੇ ਨਾਲ ਜਿਹੜਾ ਹੈ ਉਹ ਜਿੱਥੇ ਸਾਡਾ ਖੂਨ ਰੁਕਿਆ ਸੀ ਉਹ ਚਾਲੂ ਹੋ ਜਾਏਗਾ ਲੇਕਿਨ ਇੱਕ ਮੈਂ ਬੇਨਤੀ ਵਿੱਚ ਕਰ ਦਵਾਂ ਕਿ ਮ사ਜ ਜਿਹੜੀ ਕਰਨੀ ਹੈ ਉਹ ਬਗੈਰ ਟ੍ਰੇਨਿੰਗ ਤੋਂ ਬਗੈਰ ਜਾਣਕਾਰੀ ਤੋਂ ਨਹੀਂ ਕਰਨੀ ਹੈ ਮ사ਜ ਤੋਂ ਬਾਅਦ ਵੀ ਫੋਰ ਵਾਈਬ੍ਰੇਸ਼ਨ ਕਿਉਂਕਿ ਅੱਜਕੱਲ ਵਾਈਬ੍ਰੇਸ਼ਨ ਦੇ ਯੰਤਰ ਆਮ ਮਿਲਦੇ ਨੇ ਬਾਜ਼ਾਰ ਦੇ ਵਿੱਚੋਂ ਬਹੁਤ ਵਧੀਆ ਵਧੀਆ ਕੁਆਲਿਟੀ ਦੇ ਵਾਈਬ੍ਰੇਟਰ ਮਿਲ ਜਾਂਦੇ ਨੇ ਉਹਦੇ ਨਾਲ ਅਸੀਂ ਨਾੜੀ ਨੂੰ ਵਾਈਬ੍ਰੇਟ ਕਰਦਾਂਗੇ ਵਾਈਬ੍ਰੇਟ ਦਾ ਮਤਲਬ ਸਿਰਫ ਇਹ ਹੁੰਦਾ ਹੈ ਕਿ ਨਾੜੀ ਦੇ ਅੰਦਰ ਜਿੱਥੇ ਖੂਨ ਰੁਕਿਆ ਸੀ ਜਿੱਥੇ ਖੂਨ ਜਾਮ ਹੋਇਆ ਸੀ ਉਹ ਉੱਥੋਂ हट ਜਾਏ ਔਰ ਟੀ ਫੋਰ ਹੁੰਦਾ ਟੈਂਸ ਟੈਂਸ ਦਾ ਮਤਲਬ ਇਲੈਕਟ੍ਰਿਕ ਦੇ ਨਾਲ ਇਲੈਕਟ੍ਰਿਕ ਦੇ ਅੱਜਕਲ ਬਹੁਤ ਮਸ਼ੀਨਾਂ ਆ ਰਹੀਆਂ ਨੇ ਜਿਹਨੂੰ ਹਲਕਾ ਜਾਂ ਦੇਣ ਦੇ ਨਾਲ ਕਿਉਂਕਿ ਇੱਥੇ ਕਰੰਟ ਵੀ ਚੱਲ ਰਿਹਾ ਸੀ ਜਦੋਂ 나ੜੀ ਰੁਕੀ ਤਾਂ ਦੋਨਾਂ ਦਾ ਕਰੰਟ ਜਿਹੜਾ ਹੈ ਉਹ ਡਿਸਕਨੈਕਟ ਹੋ ਗਿਆ। ਜੀ। ਤਾਂ ਜਦੋਂ ਅਸੀਂ ਉਹ ਟੈਂਸ ਦੇ ਨਾਲ ਇੱਥੇ ਟ੍ਰੀਟ ਕਰਾਂਗੇ ਤਾਂ ਦੋਨੋਂ ਕਨੈਕਟ ਆਪਸ ਦੇ ਵਿੱਚ ਜੁੜ ਜਾਣ ਕਿਹਨਾਂ ਦਾ ਪਾਓ ਜਿਵੇਂ ਇਧਰੋਂ ਕਰੰਟ ਆ ਰਿਹਾ ਇਧਰ ਤਾਰ ਜਾ ਰਹੀ ਹੈ ਦੋਨਾਂ ਦੇ ਵਿੱਚ ਇੱਕ ਫਿਊਜ਼ ਲੱਗਣ ਦੇ ਨਾਲ ਉਹ ਦੋਨਾਂ ਪਾਸੇ ਸਪਲਾਈ ਚਾਲੂ ਹੋ ਜਾਂਦੀ ਹੈ। ਔਰ ਇਹ ਦੇ ਨਾਲ ਐਸਪੋਰਨ ਦੀ ਸੈਟਿੰਗ ਸੈਟਿੰਗ ਮਤਲਬ ਕੋਈ ਵੀ ਸਾਡਾ ਵਰਟੀਬਲ ਆ ਜਾਂ ਕੋਈ ਵੀ ਸਾਡਾ ਮਨ ਲਓ ਕਈ ਵਾਰ ਟੁੱਟ ਪਜ ਹੋਣ ਦੇ ਕਾਰਨ ਕੋਈ ਨਾੜੀ ਗਲਤ ਜਗ੍ਹਾ ਤੇ ਜੁੜ ਜਾਂਦੀ ਹੈ ਤਾਂ ਉਹਨੂੰ ਅਸੀਂ ਐਸਪੋਰਸ ਸੈਟਿੰਗ ਦੇ ਨਾਲ ਸੈਟਿੰਗ ਕਰ ਦਿੰਦੇ ਹਾਂ ਜੀ ਤਾਂ ਇੱਕ ਪੂਰੀ ਥਿਉਰੀ ਬਣ ਗਈ ਹੈ ਪੀ ਆਰ ਐਮ ਵੀਟੀਐਸ ਜੀ ਪੂਰਾ ਸਾਇੰਟੀਫਿਕ ਇੱਕ ਫਾਰਮੂਲਾ ਬਣ ਗਿਆ ਔਰ ਇਹ ਫਾਰਮੂਲਾ ਸਤੀ ਜੀ ਇੰਨਾ کارਗਰ ਹੈ ਆਪ ਜੀ ਹੁਣ ਆਪ ਜੀ ਦੇ ਨਾਲ ਗੱਲਬਾਤ ਹੋ ਰਹੀ ਹੈ ਕਿਸੇ ਸਮੇਂ ਅਸੀਂ ਆਪ ਜੀ ਨੂੰ ਬੇਨਤੀ ਵੀ ਕਰਦੇ ਹਾਂ ਕਿ ਕੈਂਪ ਦੇ ਵਿੱਚ ਆ ਕੇ ਤੁਸੀਂ ਦੇਖੋਗੇ ਤਾ ਐਲੋਪੈਥੀ ਦੀ ਤਰ੍ਹਾਂ ਕਰੰਟਲੀ ਰਿਜ਼ਲਟ ਹੈ ਔਰ ਐਲੋਪੈਥੀ ਦੇ ਵਿੱਚ ਕੀ ਹੁੰਦਾ ਹੈ ਕਿ ਵੱਡੇ ਤੋਂ ਵੱਡਾ ਸੀਨੀਅਰ ਡਾਕਟਰ ਜਿਹਨੂੰ ਆਪਾਂ ਕਹਿੰਦੇ ਨਾ 골ਡ ਮੈਡਲਿਸਟ ਉਹ ਜਿਹੜਾ ਡਾਕਟਰ ਹੈ ਉਹ 100 ਦੇ ਵਿੱਚੋਂ 15 ਰੋਗੀ ਠੀਕ ਕਰ ਦੇਵੇ ਤਾਂ ਉਹਨੂੰ 골ਡ ਮੈਡਲ ਮਿਲਦਾ ਹੈ ਔਰ ਇਹ ਜੋ ਨੈਚੁਰਲ ਸਾਡਾ ਨੈਚੁਰਲ ਪੈਥੀ ਸਿਸਟਮ ਹੈ ਇਹਦੇ ਵਿੱਚ 100 ਦੇ ਵਿੱਚੋਂ 95 ਰੋਗੀ ਠੀਕ ਹੁੰਦੇ ਨੇ ਐਡੀ ਸਾਡੀ ਵਧੀਆ ਪੈਥੀ ਹੈ ਜੋ ਕਿ ਕੁਦਰਤੀ ਹੈ ਔਰ ਜਿਵੇਂ ਹੁਣ ਸਰਕਾਰ ਮਾਨਤਾ ਦੇ ਦੇਗੀ ਅਸੀਂ ਸਰਕਾਰ ਦੇ ਅੱਗੇ ਵੀ ਬੇਨਤੀ ਕਰਦੇ ਹਾਂ ਪੂਰੀ ਪਾਰ ਸਰਕਾਰ ਅੱਗੇ ਜਾਂ ਸਟੇਟ ਗਵਰਨਮੈਂਟਸ ਦੇ ਅੱਗੇ ਵੀ ਜਿੰਨੀਆਂ ਵੀ ਸਾਡੇ ਸਟੇਟ ਗਵਰਨਮੈਂਟਸ ਨੇ ਕਿ ਇਹ ਇਹ ਜੋ ਸਾਡੀ ਕੁਦਰਤੀ ਪੈਥੀ ਹੈ ਇਹਨੂੰ ਜਨ ਜਨ ਦੇ ਵਿੱਚ ਪਹੁੰਚਾਣ ਤੱਕ ਸਹਿਯੋਗ ਕੀਤਾ ਜਾਵੇ ਤਾਂ ਕਿ ਸਾਡੇ ਦੇਸ਼ ਦਾ ਜੋ ਦਵਾਈਆਂ ਤੇ ਪੈਸਾ ਲੱਗ ਰਿਹਾ ਲੋਕਾਂ ਦਾ ਪੈਸਾ ਦਵਾਈਆਂ ਤੇ ਖਰਚ ਹੋ ਰਿਹਾ ਉਹ ਬੱਚੇ ਔਰ ਉਹਦੇ ਨਾਲ ਅਸੀਂ ਚੰਗੇ ਡਵੈਲਪਮੈਂਟ ਦੇ ਕੰਮ ਵੀ ਲੋਕਾਂ ਲਈ ਕਰ ਸਕੀਏ ਤੇ ਹੁਣ ਆਪਾਂ ਗੱਲਾਂ ਜਿਹੜੀਆਂ ਹੈਗੀਆਂ ਨਿਊਰੋ ਹੀਲਿੰਗ ਦੀਆਂ ਬਹੁਤ ਹੋ ਗਈਆਂ ਜੇ ਹੁਣ ਮੈਂ ਚਾਹੁੰਦਾ ਕਿ ਤੁਹਾਡੇ ਥੋੜਾ ਜਿਹਾ ਬੈਕਗ੍ਰਾਉਂਡ ਬਾਰੇ ਕਿਉਂਕਿ ਸੰਤ ਜਗਦੀਸ਼ ਮੂਨੀ ਜੀ ਜਿਹੜੇ ਸਾਡੇ ਨਾਲ ਅੱਜ ਬੈਠੇ ਹੋਏ ਨੇ ਇਹਨਾਂ ਦੀ ਲਾਈਫ ਦੀ ਪਿੱਛੇ ਕਿ ਕਿਵੇਂ ਮਤਲਬ ਕਿ ਜਿਹੜਾ ਨਿਊਰੋ ਹੀਲਿੰਗ ਦਾ ਜਿਵੇਂ ਇਹਨਾਂ ਨੇ ਇਸ ਪਾਸੇ ਨੂੰ ਕਿਵੇਂ ਆ ਗਏ ਬੇਸਿਕਲੀ ਜਦੋਂ ਸੰਤ ਆਪਾਂ ਸ਼ਬਦ ਕਿਤੇ ਸੁਣਦੇ ਆ ਹਨ ਤਾਂ ਉਦੋਂ ਬੰਦੇ ਨੂੰ ਲੱਗਦਾ ਹੈ ਕਿ ਮਤਲਬ ਕਿ ਇਹ ਗੁਰਬਾਣੀ ਦੇ ਨਾਲ ਰਿਲੇਟਡ ਕੁਝ ਹੋਊਗਾ ਹੈ ਨਾ ਕਥਾ ਕਰਦੇ ਹੋਣਗੇ ਕੋਈ ਐਸੀ ਗੱਲ ਹੈ ਨਾ ਤੇ ਪਰ ਤੁਹਾਡੇ ਨਾਮ ਦੇ ਨਾਲ ਜਿਹੜਾ ਸੰਤ ਲੱਗਿਆ ਹੋਇਆ ਬਿਲਕੁਲ ਉਲਟ ਹੈ ਚੀਜ਼ ਮਤਲਬ ਕਿ ਕਿਦਾਂ ਨਿਊਰੋ ਹੀਲਿੰਗ ਵਾਲਾ ਜਿਹੜਾ ਹੈਗਾ ਕਿਵੇਂ ਸ਼ੁਰੂ ਹੋਇਆ ਸਫ਼ਰ ਇਸ ਦੇਖੋ ਜੀ ਜੀਵਨ ਦੀ ਕਹਾਣੀ ਬਹੁਤ ਲੰਬੀ ਹੈ ਲੇਕਿਨ ਆਪ ਜੀ ਨੂੰ ਸੰਖੇਪ ਦੇ ਵਿੱਚ ਅੱਜ ਥੋੜਾ ਜਿਹਾ ਸ਼ੇਅਰ ਕਰਦੇ ਹਾਂ ਜਿਸ ਤਰ੍ਹਾਂ ਆਪ ਜੀ ਕਹਿ ਰਹੇ ਹੋ ਜੀ ਤਾਂ ਮੇਰਾ ਜਿਹੜਾ ਜਨਮ ਹੈ ਉਹ ਫਾਜ਼ਿਲਕਾ ਇਲਾਕੇ ਦੇ ਵਿੱਚ ਹੋਇਆ ਫਾਜ਼ਿਲਕਾ ਬਿਲਕੁਲ ਬਾਰਡਰ ਦੇ ਉੱਤੇ ਹੈ ਔਰ ਅੱਜ ਤੋਂ ਮਤਲਬ 40 50 ਸਾਲ ਦੇ ਕਰੀਬ ਪਿੱਛੇ ਅਗਰ ਜਾਈਏ ਤਾਂ ਉਹ ਬਿਲਕੁਲ ਸੇਮ ਦਾ ਇਲਾਕਾ ਸੀ ਸੇਮ ਬਾਰੇ ਸਾਰਿਆਂ ਨੂੰ ਪਤਾ ਹੀ ਹੈ ਕਿ ਸੇਮ ਆ ਜਾਂਦੀ ਸੀ ਔਰ ਪਾਣੀ ਜਮੀਨ ਦੇ ਵਿੱਚੋਂ ਆਪਣੇ ਆਪ ਹੀ ਨਿਕਲਦਾ ਸੀ ਔਰ ਇੰਨੀ ਗਰੀਬੀ ਸੀ ਇੱਕ ਰੋਟੀ ਅੱਜ ਪੱਕੀਏ ਤਾਂ ਉਹਦੇ ਨਾਲ ਦੂਸਰਾ ਦਿਨ ਵੀ ਟਪਾਉਂਦੇ ਸੀ ਐਸੀ ਗਰੀਬੀ ਸੀ ਔਰ ਸਕੂਲ ਜਾਂਦੇ ਸੀ ਜਿਵੇਂ ਸਕੂਲ ਦੇ ਵਿੱਚ ਪਿੰਡ ਦੇ ਵਿੱਚ ਹੀ ਸਕੂਲ ਸੀ ਮਿਡਲ ਸਕੂਲ ਸੀ ਔਰ ਉਹ ਸਾਡਾ ਜਿਹੜਾ ਮਿਡਲ ਸਕੂਲ ਸੀ ਵਣ ਵਾਲਾ ਹਨਵੰਤਾ ਦਾ ਉਹ ਜਿਹੜਾ ਸਕੂਲ ਹੈ ਉੱਥੇ ਘੱਟੋ ਘੱਟ ਵੀ 8-10 ਪਿੰਡਾਂ ਦੇ ਬੱਚੇ ਉੱਥੇ ਪੜ੍ਹਨ ਆਉਂਦੇ ਸੀ ਕਿਉਂਕਿ ਉਹ ਸੈਂਟਰ ਸੀ ਉਦੋਂ ਫੀਸ ਤਾਂ ਹੁੰਦੀ ਸੀ 1-2 ਰੁਪਏ ਲੇਕਿਨ 1-2 ਰੁਪਏ ਦਾ ਵੀ ਬੜਾ ਮੁੱਲ ਹੁੰਦਾ ਸੀ ਤੇ ਉਹ ਵੀ ਜਿਹੜਾ ਦੇਖਣ ਨੂੰ ਜਿਹੜਾ ਮੈਂ ਮੈਨੇ ਦੇਖਿਆ ਵੀ 1900 ਮੇਰੇ ਖਿਆਲ 84-85 ਤੱਕ 100 ਦਾ ਨੋਟ ਵੀ ਨਹੀਂ ਦੇਖਣ ਨੂੰ ਕਦੇ ਮੇਰੇ ਵਿਕੇ ਜਾਂ ਹੁੰਦਾ ਔਰ ਉਸ ਗਰੀਬੀ ਦੇ ਵਿੱਚ ਮਾਤਾ ਪਿਤਾ ਤੋਂ ਮਿਹਨਤ ਕਰਨ ਦੀ ਜਿਹੜੀ ਪ੍ਰੇਰਣਾ ਸੀ ਉਹ ਸ਼ੁਰੂ ਤੋਂ ਮਿਲੀ ਕਿਉਂਕਿ ਜ਼ਮੀਨ ਹੈ ਨਹੀਂ ਸੀ ਔਰ ਉੱਥੇ ਕੀ ਹੁੰਦਾ ਸੀ ਕਿ ਜਿਵੇਂ ਕਣਕ ਦਾ ਸੀਜ਼ਨ ਆ ਗਿਆ ਤਾਂ ਕਣਕ ਵੜਣੀ ਚੋਨੇ ਦਾ ਸੀਜ਼ਨ ਆ ਗਿਆ ਚੋਨਾ ਵੜਨਾ ਜਾਂ ਜੋ ਵੀ ਫਸਲ ਦਾ ਸੀਜ਼ਨ ਆਉਂਦਾ ਸੀ ਉਹ ਵੱਢ ਕੇ ਕਣਕ ਦਾ ਸੀਜ਼ਨ ਵੱਢ ਕੇ ਕਣਕ ਇਕੱਠੀ ਕਰਨੀ ਉਹੀ ਫਿਰ ਸਾਲ ਖਾਣੇ ਸਤਵੀਂ ਤੋਂ ਬਾਅਦ ਫਿਰ ਜਿਹੜਾ ਹੈ ਪਿੰਡ ਪਿੰਡ ਛੱਡਣਾ ਪਿਆ ਵੀ ਇੱਥੇ ਹੁਣ ਸੰਭਵ ਨਹੀਂ ਇਹਦਾ ਫਿਰ ਰਾਜਸਥਾਨ ਦੇ ਵਿੱਚ ਜਾ ਕੇ ਜਿਹੜਾ ਹੈ ਨਾਨਕੇ ਪਿੰਡ ਜਾ ਕੇ ਥੋੜੀ ਪੜਾਈ ਉਹਨਾਂ ਦੇ ਨਾਨਕੇ ਦੇ ਸਹਿਯੋਗ ਨਾਲ ਔਰ ਕੁਝ ਆਪਦੀ ਮਿਹਨਤ ਦੇ ਨਾਲ ਉੱਥੇ ਵੀ ਜਿਹੜੀ ਪੜਾਈ ਕਰਦੇ ਸੀ ਫੀਸ ਫੀਸ ਵਗੈਰਾ ਪਰਦੇ ਸੀ ਤਾਂ ਜਿਵੇਂ 6 ਦਿਨ ਸਕੂਲ ਲੱਗਦਾ ਸੀ 7ਵੇਂ ਦਿਨ ਜਿਹੜਾ ਛੁੱਟੀ ਹੋ ਜਾਂਦੀ ਸੀ ਤਾਂ ਐਤਵਾਰ ਵਾਲੇ ਦਿਨ ਜਾਂ ਤਾਂ ਇਟਾਂ ਕੱਢਦੇ ਸੀ ਜਾਂ ਫਿਰ ਕਿਸੇ ਦੇ ਦਿਹਾੜੀ ਜਾਣਾ ਮਜ਼ਦੂਰੀ ਕਰਨੀ ਔਰ ਮਜ਼ਦੂਰੀ ਕਰਕੇ ਫਿਰ ਉਹ ਫੀਸ ਭਰ ਕੇ ਫਿਰ ਜਿਹੜਾ ਹੈ ਉਹ ਪੜਾਈ ਮੁਕੰਮਲ ਕੀਤੀ ਹੈ ਤਾਂ ਗਰੀਬੀ ਸਾਡੇ ਜੀਵਨ ਦਾ ਬਹੁਤ ਵੱਡਾ ਪਾਰਟ ਹੈ ਏਨੀ ਵੀ ਇਹਦੇ ਤੋਂ ਕਬਰਾ ਜਾਓ ਜਾਂ ਇਹਦੇ ਤੋਂ ਦਿਲ ਛੱਡ ਜਾਓ ਉਸੇ ਗਰੀਬੀ ਦੇ ਵਿੱਚ ਪੜ੍ਹਾਈ ਕੀਤੀ ਨਾਨ ਮੈਡੀਕਲ ਮੈਥ ਤੱਕ ਔਰ ਉਹਦੇ ਨਾਲ ਨਾਲ ਜਿਹੜਾ ਹੈ ਸਾਨੂੰ ਇੱਕ ਮੌਕਾ ਵੀ ਮਿਲਿਆ ਸੰਤਾਂ ਮਹਾਪੁਰਸ਼ਾਂ ਦੀ ਸ਼ਰਣ ਦੇ ਵਿੱਚ ਕਿਉਂਕਿ ਜਿੰਨੀ ਦੇਰ ਤੱਕ ਅਸੀਂ ਸੰਤਾਂ ਦੀ ਸ਼ਰਣ ਦੇ ਵਿੱਚ ਨਹੀਂ ਜਾਂਦੇ ਅੱਜਕੱਲ ਦਾ ਮਾਹੌਲ ਇਸ ਤਰ੍ਹਾਂ ਦਾ ਚੱਲ ਰਿਹਾ ਕਿ ਸਾਨੂੰ ਸੰਤ ਦੇ ਬਾਰੇ ਜਾਂ ਸੰਤ ਸ਼ਬਦ ਦੇ ਬਾਰੇ ਮਾਲੂਮ ਹੀ ਨਹੀਂ ਵੀ ਸੰਤ ਹੁੰਦਾ ਕੀ ਹੈ ਜਿਹੜੇ ਸੰਤ ਹੁੰਦੇ ਨੇ ਉਹੀ ਜਾਣਦੇ ਨੇ ਕਿ ਆਮ ਕੀ ਹੈ ਆਮ ਬੰਦੇ ਨੂੰ ਕੁਝ ਨਹੀਂ ਪਤਾ ਹੁੰਦਾ ਵੀ ਸੰਤ ਕੀ ਚੀਜ਼ ਨੇ ਕਿਉਂਕਿ ਸੰਤ ਦਾ ਜਿਹੜਾ ਹੈ ਉਹ ਇੱਕ ਤਪੱਸਿਆ ਦਾ ਇੱਕ ਗਿਆਨ ਦਾ ਇੱਕ ਪੂਰਾ ਇੱਕ ਭੰਡਾਰ ਹੈ ਤੇ ਇਹ ਤਾਂ ਹੋ ਗੀ ਹੈ ਨਾ ਤੁਹਾਡੇ ਬਾਰੇ ਮੈਂ ਇਹ ਚਾਹੁੰਦਾ ਸੀਗਾ ਕਿ ਥੋੜਾ ਜਿਹਾ ਇਹ ਵੀ ਦੱਸੋ ਕਿ ਨਿਊਰੋ ਹੀਲਿੰਗ ਦੀ ਜਿਹੜੀ ਤੁਹਾਨੂੰ ਪ੍ਰੇਰਣਾ ਇਹ ਕਿੱਥੋਂ ਮਿਲੀ ਕਿਦਾਂ ਮਤਲਬ ਕਿ ਸੋਚਿਆ ਕਿ ਇਹ ਚੀਜ਼ ਮੈਨੂੰ ਲੋਕਾਂ ਦੀ ਸੇਵਾ ਦੇ ਵਿੱਚ ਵੀ ਕਰਨੀ ਚਾਹੀਦੀ ਹੈ ਜਾਂ ਆਪਦੇ ਨਾਲ ਕੋਈ ਹੱਡ ਵੀਤੀ ਐਸੀ ਹੋਈ ਸਤੀ ਜੀ ਹੱਡ ਵੀਤੀ ਇਸ ਤਰ੍ਹਾਂ ਹੋਈ ਕਿ ਇੱਕ ਵਾਰੀ ਮਤਲਬ ਸਾਨੂੰ ਜ਼ੁਕਾਮ ਦੀ ਪ੍ਰੋਬਲਮ ਆ ਗਈ ਜਿਵੇਂ ਨਜਲਾ ਛਿੱਕਾਂ ਦਾ ਪ੍ਰੋਬਲਮ ਆ ਗਈ ਉਹ ਇੰਨੀ ਭਿਆੰਕਰ ਹੋ ਗਈ ਰੇਣੀ ਵੱਧਦੀ ਗਈ ਕਿ ਉਹਦੇ ਨਾਲ ਜਿਹੜਾ ਹੈ ਸਾਡਾ ਸਾਰਾ ਸਿਸਟਮ ਪੜਾਈ ਦਾ ਸਾਡੀ ਲਾਈਫ ਦਾ ਸਾਰਾ ਸਿਸਟਮ ਡਿਸਟਰਬ ਹੋ ਗਿਆ ਕਿਉਂਕਿ ਰਾਤ ਨੂੰ ਦਿਨ ਰਾਤ ਉਹੀ ਚੱਲੀ ਜਾਂਦਾ ਸੀ ਔਰ ਉਹਦਾ ਕੋਈ ਵੀ ਕਿਸੇ ਵੀ ਪੈਥੀ ਦੇ ਵਿੱਚ ਇਲਾਜ ਨਹੀਂ ਹੋ ਸਕਿਆ ਮੈਨੇ ਆਯੁਰਵੇਦ ਦੀਆਂ ਦਵਾਈਆਂ ਲਈਆਂ ਉਸ ਤੋਂ ਬਾਅਦ ਐਲੋਪੈਥੀ ਦਾ ਬੋਤਲ ਲਿਆ ਉਹਦੇ ਨਾਲ ਨਾਲ ਹੋਮੀਓਪੈਥੀ ਬੋਤਲੀ ਪਰ ਉਹਦਾ ਕੋਈ ਹੱਲ ਨਹੀਂ ਨਿਕਲ ਸਕਿਆ ਔਰ ਉਹਦੇ ਲਈ ਮੈਨੂੰ ਆਪਰੇਸ਼ਨ ਵਾਸਤੇ ਵੀ ਸੁਜੈਸਟ ਕੀਤਾ ਗਿਆ ਔਰ ਉਹ ਆਪਰੇਸ਼ਨ ਉਸ ਟਾਈਮ ਆਪ ਜੀ ਨੂੰ ਪਤਾ ਹੈ ਗਰੀਬੀ ਦੇ ਦੌਰ ਦੇ ਵਿੱਚ ਪੈਸਾ ਜਿਹੜਾ ਬੜਾ ਔਖਾ ਸੀ ਔਰ ਦੂਸਰਾ ਇਹ ਸੀ ਕਿ ਜੋ ਨਜਲੇ ਦਾ ਇਲਾਜ ਸੀ ਉਹ ਮੈਨੂੰ ਕਿਸੇ ਮੇਰੇ ਮਿੱਤਰ ਨੇ ਕਿਹਾ ਮੈਨੇ ਕਰਵਾਇਆ ਸੀ ਔਰ ਇਹਦੇ ਨਾਲ ਮੇਰੇ ਅੰਦਰ ਨੂੰ ਉਹ ਨਜਲਾ ਵਗੈਰਾ ਜਾਣ ਲੱਗ ਗਿਆ ਔਰ ਉਹਦੇ ਨਾਲ ਮੈਨੂੰ ਜਿਹੜਾ ਹੈ ਹੁਣ ਸਾਹ ਦੀ ਪ੍ਰੋਬਲਮ ਹੋ ਗਈ ਵੀ ਤੂੰ ਆਪਰੇਸ਼ਨ ਨਾ ਕਰਾਈ ਤੋ ਮੈਨੇ ਕਿਹਾ ਚਲੋ ਠੀਕ ਹੈ ਵੀ ਪ੍ਰਮਾਤਮਾ ਜੋ ਕਰੇਗਾ ਔਰ ਕੁਦਰਤੀ ਸਾਡੇ ਉਹ ਜਿੱਥੇ ਅਸੀਂ ਪੜਾਈ ਕਰ ਰਹੇ ਸੀ ਰਾਜਸਥਾਨ ਦੇ ਵਿੱਚ ਰਾਜਸਿੰਘ ਨਗਰ ਉੱਥੇ ਇੱਕ ਮਹਾਂਪੁਰਸ਼ਾਂ ਦਾ ਕੈਂਪ ਲੱਗਿਆ ਹੋਇਆ ਸੰਤ ਜੀ ਦਾ ਔਰ ਮੇਰਾ ਮਿੱਤਰ ਉਹਨੂੰ ਮੈਨੂੰ ਲੈ ਗਿਆ ਕਹਿੰਦਾ ਇੱਕ ਕੈਂਪ ਲੱਗਿਆ ਉੱਥੇ ਉਹ ਕੁਦਰਤੀ ਇਲਾਜ ਕਰ ਰਹੇ ਨੇ ਔਰ ਬਿਨਾ ਦਵਾਈ ਕਰ ਰਹੇ ਨੇ ਸ਼ਾਇਦ ਉਹਦੇ ਨਾਲ ਆਪਾਂ ਨੂੰ ਫਾਇਦਾ ਹੋ ਜਾਏ ਅਕਸਰ ਕੈਂਪ ਲੱਗਿਆ ਕੋਈ ਨਾ ਕੋਈ ਫਾਇਦਾ ਤਾਂ ਹੋਏਗਾ ਜੀ ਜੀ ਔਰ ਮੈਨੇ ਕਿਹਾ ਚਲੋ ਆਪਾਂ ਚੱਲਦੇ ਹਾਂ ਅਸੀਂ ਜਦੋਂ ਉੱਥੇ ਗਏ ਇਹ ਵਿੱਚ ਗੱਲ ਕਰ ਰਹੇ ਤਕਰੀਬਨ ਕਿਹੜੇ ਕਿ ਸਾਲ ਦੀ ਗੱਲ ਹੈ ਇਹ 1900 1992 ਤੋਂ ਥੋੜੀ ਪਹਿਲਾਂ ਦੀ ਹੈ ਮਤਲਬ 90 ਦੇ ਕਰੀਬ ਦੀ ਗੱਲ ਹੈ ਜੀ 90 ਦੇ ਕਰੀਬ ਦੀ ਗੱਲ ਹੈ ਤਾਂ ਉੱਥੇ ਜਦੋਂ ਅਸੀਂ ਗਏ ਔਰ ਦੇਖਿਆ ਉਹ ਸੰਤਜੀਵ ਵਿਚਾਰੇ ਸੇਵਾ ਕਰ ਰਹੇ ਸੀ ਔਰ ਇੰਨੀ ਮਿਹਨਤ ਔਰ ਲਗਨ ਦੇ ਨਾਲ ਕਰ ਰਹੇ ਸੀ ਕਿ ਮੈਂ ਮੈਨੇ ਉਹਨਾਂ ਨੂੰ ਦੇਖ ਕੇ ਮੇਰਾ ਮਨ ਬੜਾ ਪ੍ਰਭਾਵਿਤ ਹੋਇਆ ਔਰ ਉੱਥੇ ਅਲੱਗ-ਅਲੱਗ ਤਰ੍ਹਾਂ ਦੇ ਰੋਗੀ ਪੇਸ਼ੀਐਂਟ ਉਹਨਾਂ ਕੋਲੇ ਮਤਲਬ ਬੈਠੇ ਸੀ ਔਰ ਮੈਨੂੰ ਉਹਨਾਂ ਦਾ ਮਤਲਬ ਦੇਖ ਕੇ ਐਡਾ ਵਧੀਆ ਲੱਗਿਆ ਕਿ ਇਹ ਬੜੀ ਮਤਲਬ ਬਿਨਾਂ ਦਵਾਈ ਔਰ ਬਿਨਾ ਕਿਸੇ ਟੀਕੇ ਤੋਂ ਲੋਕਾਂ ਦਾ ਇਲਾਜ ਕਰ ਰਹੇ ਨੇ ਤਾਂ ਉੱਥੇ ਮੈਨੇ ਸੰਤ ਜੀ ਨੂੰ ਜਦੋਂ ਮੇਰੇ ਵਾਰੀ ਆਈ ਮੈਨੇ ਦੱਸਿਆ ਵੀ ਇਸ ਤਰ੍ਹਾਂ ਕਰਕੇ ਮੈਨੂੰ ਆ ਪ੍ਰੋਬਲਮ ਹੈ ਔਰ ਆਪ ਜੀ ਨੂੰ ਠੀਕ ਕਰੋ ਉਹਨਾਂ ਨੇ ਕਿਹਾ ਵੀ ਪੰਜ ਚਾਰ ਦਿਨ ਆਣਾ ਪਏਗਾ ਔਰ ਠੀਕ ਹੋ ਜਾਓਗੇ ਲੇਕਿਨ ਮੈਨੇ ਜਿਸ ਦਿਨ ਉਹ ਇਲਾਜ ਕਰਾਇਆ ਉਹਨਾਂ ਨੇ ਨੇਚਰਲ ਪੈਥੀ ਦੇ ਨਾਲ ਕਈ ਪੁਆਇੰਟ ਵਗੈਰਾ ਮੇਰੇ ਦਿੱਤੇ ਔਰ ਮਤਲਬ ਉਹ ਮੈਨੂੰ ਅੱਛਾ ਲੱਗਿਆ ਔਰ ਉਸ ਦਿਨ ਰਾਤ ਨੂੰ ਮੈਂ ਵਧੀਆ ਸੋਇਆ ਤਾਂ ਮੇਰਾ ਇੱਕ ਬਿਲੀਵ ਬਣ ਗਿਆ ਅੰਦਰ ਬੜੀ ਇੱਕ ਹੌਸਲਾ ਹਿੰਮਤ ਜੀ ਆ ਗਈ ਵੀ ਜਿਹੜਾ ਇੰਨੀਆਂ ਦਵਾਈਆਂ ਨਾਲ ਪ੍ਰੋਬਲਮ ਨਹੀਂ ਠੀਕ ਹੋਈ ਤੋਂ ਇਹਨੂੰ ਜਿਹੜਾ ਹੈ ਇਹਨਾਂ ਨੇ ਠੀਕ ਕਰਤਾ ਤੋਂ ਅੰਦਰ ਇੱਕ ਮੇਰੇ ਇੱਕ ਤੜਫ ਪੈਦਾ ਹੋਈ ਕਿ ਐਸੇ ਔਰ ਵੀ ਰੋਗੀ ਹੋਣਗੇ ਜਿਹੜੇ ਦੁਖੀ ਹਨ ਤੇ ਇਹ ਐਡਾ ਵਧੀਆ ਫਾਰਮੂਲਾ ਹੈ ਤਾਂ ਕਿਉਂ ਨਾ ਇਸ ਫਾਰਮੂਲੇ ਨੂੰ ਆਪਾਂ ਵੀ ਸਿੱਖ ਲਈਏ ਵੀ ਪੜਾਈ ਦਾ ਮਤਲਬ ਤਾਂ ਮੇਨ ਇਹੀ ਹੁੰਦਾ ਕਿ ਲੋਕ ਪੜ੍ਹ ਲਿਖ ਕੇ ਲੋਕਾਂ ਦਾ ਭਲਾ ਕਰਨਾ ਔਰ ਲੋਕਾਂ ਨੂੰ ਜਿਹੜਾ ਹੈ ਫਾਇਦਾ ਦੇਣਾ ਜੀ ਤਾਂ ਉੱਥੋਂ ਮੈਨੂੰ ਉਹ ਸੰਤ ਜੀ ਮੇਰੇ ਹਿਸਾਬ ਨਾਲ ਮੇਰੇ ਲਈ ਤਾਂ ਰੱਬ ਦਾ ਹੀ ਰੂਪ ਸੀ ਕਿ ਉਹਨਾਂ ਨੇ ਜਿਹੜਾ ਹੈ ਉਹਨਾਂ ਦੀ ਉਹ ਸੇਵਾ ਤੋਂ ਮੈਨੂੰ ਸੇਵਾ ਤੋਂ ਸਾਨੂੰ ਪ੍ਰੇਰਣਾ ਮਿਲ ਗਈ ਔਰ ਉਸ ਤੋਂ ਬਾਅਦ ਮੈਨੂੰ ਇੱਕ ਲਗਨ ਲੱਗੀ ਕਿ ਮੈਨੇ ਇਹ ਵਿਦਿਆ ਜ਼ਰੂਰ ਸਿੱਖਣੀ ਹੈ ਮੈਨੇ ਫਿਰ ਸੰਤ ਜੀ ਨਾਲ ਗੱਲਬਾਤ ਕੀਤੀ ਕਿ ਇਹਨੂੰ ਮੈਂ ਸਿੱਖ ਸਕਦਾ ਉਹ ਕਹਿੰਦੇ ਸਿੱਖ ਸਕਦਾ ਤਾਂ ਉਸ ਤੋਂ ਬਾਅਦ ਫਿਰ ਕੁਝ ਸਮਾਂ ਉਹ ਸੰਤ ਜੀ ਨਾਲ ਰਹਿਣ ਦਾ ਮੌਕਾ ਮਿਲਿਆ ਲੇਕਿਨ ਸੰਤ ਜੀ ਨਾਲ ਰਹਿਣ ਦਾ ਮੇਰੀ ਜ਼ਿੰਦਗੀ ਦੇ ਵਿੱਚ ਐਸਾ ਬਦਲਾਅ ਆਇਆ ਕਿਉਂਕਿ ਕੋਈ ਵੀ ਵਿਦਿਆ ਕੋਈ ਵੀ ਗਿਆਨ ਸਤਿ ਜੀ ਜਦੋਂ ਮਿਲਦਾ ਹੈ ਉਹਦੇ ਵਾਸਤੇ ਵੀ ਕਿਸੇ ਚੀਜ਼ ਨੂੰ ਲੈਣ ਵਾਸਤੇ ਵੀ ਤਪੱਸਿਆ ਕਰਨੀ ਪੈਂਦੀ ਉਹ ਤਪੱਸਿਆ ਐਸੀ ਸੀ ਕਿ ਸੰਤ ਜੀ ਰੋਜ਼ 24 ਘੰਟਿਆਂ ਦੇ ਵਿੱਚ ਕੰਟਾ ਜਾਂ 2 ਘੰਟੇ ਹੀ ਸੌਂਦੇ ਸੀ ਅੱਛਾ ਜੀ ਉਹ ਰੋ ਜਾਗਦੇ ਹੀ ਰਹਿੰਦੇ ਸੀ ਔਰ ਉਹ 22 22 ਘੰਟੇ 23 ਘੰਟੇ ਕਿਸੇ ਨਾ ਕਿਸੇ ਚੀਜ਼ ਦੇ ਉੱਤੇ ਸਰਚ ਹੀ ਕਰਦੇ ਰਹਿੰਦੇ ਸੀ ਕਦੇ ਉਹ ਜੜੀ ਬੂਟੀਆਂ ਤੇ ਸਰਚ ਕਰਦੇ ਸੀ ਕਦੇ ਕਿਸੇ ਜਿਹੜੋ ਨੇਚਰਲ ਪੈਥੀ ਦੇ ਪੁਆਇੰਟਸ ਨੇ ਉਹਨਾਂ ਤੇ ਸਰਚ ਕਰਦੇ ਰਹਿੰਦੇ ਸੀ ਕੁਝ ਨਾ ਕੁਝ ਉਹ ਕਰਦੇ ਰਹਿੰਦੇ ਸੀ ਔਰ ਉਹਨਾਂ ਦੇ ਕੋਲੇ 24 ਘੰਟੇ ਮੈਂ ਇਹ ਕਹਿ ਲਓ ਜਿਵੇਂ ਇੱਕ ਬੰਦੇ ਦਾ ਸਾਇਆ ਹੁੰਦਾ ਨਾ ਸਾਇਆ ਉਸ ਤਰ੍ਹਾਂ ਸਾਇਏ ਦੀ ਤਰ੍ਹਾਂ ਮੈਂ ਉਹਨਾਂ ਦੇ ਨਾਲ ਰਹਿੰਦਾ ਸੀ ਔਰ ਜਦੋਂ 5 ਸਾਲ ਪੂਰੇ ਹੋ ਗਏ 5 ਸਾਲ ਇਹ ਲਗਾਤਾਰ ਦਿਨ ਰਾਤ ਇਹ ਤਪੱਸਿਆ ਚੱਲਦੀ ਰਹੀ ਔਰ ਅਖੀਰਲੇ ਦਿਨ ਉਹਨਾਂ ਨੇ ਇੱਕ ਸਟੇਜ ਤੇ ਮਤਲਬ ਆਖਰੀ ਦਿਨ ਉਹਨਾਂ ਨੇ ਦੱਸਿਆ ਕਿ ਹੁਣ ਤੂੰ ਸੇਵਾ ਕਰ ਤੂੰ ਹੁਣ ਬਿਲਕੁਲ ਤਿਆਰ ਹੋ ਗਿਆ ਔਰ ਮੈਨੇ ਹੋਰ ਵੀ ਬੱਚੇ ਤਿਆਰ ਕਰਨੇ ਨੇ ਤੂੰ ਵੀ ਔਰ ਮੈਂ ਦਾਦਾ ਤੂੰ ਪੋਤੇ ਤਿਆਰ ਕਰ ਤੇ ਮੈਨੇ ਕਿਹਾ ਚਲੋ ਠੀਕ ਹੈ ਅਖੀਰਲੇ ਦਿਨ ਉਹਨਾਂ ਨੇ ਕਿਹਾ ਵੀ ਇਹ ਬੱਚਾ ਜੋ ਮੇਰੇ ਕੋਲੇ ਰਿਹਾ ਮੈਨੇ ਇਹਨੂੰ ਅੱਜ ਤੱਕ ਕਦੋਂ ਇਹ ਸੁੱਤਾ ਮੈਨੇ ਦੇਖਿਆ ਨਹੀਂ ਤਾਂ ਇਹ ਸਭ ਤੋਂ ਵੱਡੀ ਤਪੱਸਿਆ ਸੀ ਦੋ ਤਪੱਸਿਆ ਮੈਨੇ ਜ਼ਿੰਦਗੀ ਦੇਖੀਆਂ ਨੇ ਪਹਿਲੀ ਤਪੱਸਿਆ ਮੇਰੀ ਮਾਤਾ ਤੋਂ ਮਿਲੀ ਕਿ ਮੈਨੇ ਆਪਣੀ ਮਾਤਾ ਨੂੰ ਕਦੇ ਜ਼ਿੰਦਗੀ ਦੇ ਵਿੱਚ ਸੁੱਤਿਆ ਨਹੀਂ ਦੇਖਿਆ ਵੀ ਉਹ ਕਦੋਂ ਸੋਈ ਸੁੱਤੀ ਸੀ ਕਿਉਂਕਿ ਮਾਂ ਤੋਂ ਹੀ ਗਿਆਨ ਮਿਲਦਾ ਹੈ ਔਰ ਦੂਸਰੀ ਤਪੱਸਿਆ ਮਹਾਪੁਰਸ਼ਾਂ ਤੋਂ ਮੈਨੂੰ ਮਿਲੀ ਕਿ ਉਹਨਾਂ ਨੂੰ ਵੀ ਮੈਨੇ ਕਦੇ ਸੁੱਤੇ ਨਹੀਂ ਦੇਖਿਆ ਔਰ ਉਹਨਾਂ ਨੇ ਸਾਨੂੰ ਕਦੇ ਨਹੀਂ ਸੁੱਤਿਆ ਦੇਖਿਆ ਮਾਤਾ ਨੇ ਤਾਂ ਸਾਨੂੰ ਸੁੱਤਿਆ ਲਾੜ ਵੀ ਲੜਾਇਆ ਸੁੱਤਿਆ ਦੇਖਿਆ ਲੇਕਿਨ ਸੰਤਾਂ ਕੋਲੇ ਜਾ ਕੇ ਉਹਨਾਂ ਨੇ ਸਾਨੂੰ ਕਦੇ ਸੁੱਤਿਆ ਨਹੀਂ ਦੇਖਿਆ ਔਰ ਉਸ ਤਪੱਸਿਆ ਦੇ ਨਾਲ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਬੜੀ ਖਿਲ ਗਈ ਬੜੀ ਮਤਲਬ ਬਦਲ ਗਈ ਤੇ ਫਿਰ ਤੁਸੀਂ ਮਤਲਬ ਕਿ ਸਾਰਾ ਉਹਨਾਂ ਨੇ ਗਿਆਨ ਦਿੱਤਾ ਹੈ ਤੁਸੀਂ ਵੀ ਵਿੱਚੋਂ ਫਿਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਸ ਚੀਜ਼ ਦਾ ਆਵਿਸ਼ਕਾਰ ਤੁਸੀਂ ਕੀਤਾ ਹੈ ਨਾ ਇਨਵੈਂਟ ਤੁਸੀਂ ਕੀਤੀ ਇਹ ਨਿਊਰੋ ਹੀਲਿੰਗ ਹੈ ਤੇ ਫਿਰ ਜਦੋਂ ਬੰਦਾ ਸਿੱਖ ਜਾਂਦਾ ਹੈ ਹੈਨਾ ਜਾਂ ਮਤਲਬ ਕਿ ਕੋਈ ਵੀ ਚੀਜ਼ ਦੀ ਰਿਸਰਚ ਕਰਦਾ ਹੈ ਤਾਂ ਉਹਦੇ ਵਿੱਚ ਫੇਲਿਅਰ ਵੀ ਬਹੁਤ ਆਉਂਦੇ ਆ ਤੇ ਬੰਦਾ ਬਹੁਤ ਜਗ੍ਹਾ ਤੇ ਪਾਸ ਵੀ ਹੁੰਦਾ ਹੈ ਹੈਨਾ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਐਸੇ ਬਹੁਤ ਸਾਰੇ ਮੋੜ ਰਹੇ ਹੋਣੇ ਕਿਉਂਕਿ ਬਹੁਤ ਸਾਰੇ ਜਿਹੜੇ ਪੇਸ਼ੈਂਟ ਹੈਗੇ ਆ ਉਹਨਾਂ ਦੇ ਉੱਪਰ ਉਹ ਚੀਜ਼ ਨੇ ਸਾਈਡ ਇਫੈਕਟ ਵੀ ਕੀਤਾ ਹੋਊਗਾ ਕਹਿਣ ਦੀ ਮਤਲਬ ਹੈ ਹੈਨਾ ਤੇ ਕਈ ਸਾਰੇ ਠੀਕ ਵੀ ਹੋ ਗਏ ਹੋਣਗੇ ਬਹੁਤ ਸਾਰੇ ਰੋਗੀ ਐਸੇ ਤੇ ਤੁਹਾਡੇ ਨਾਲ ਵੀ ਕਿਉਂਕਿ ਫਿਰ ਉਸ ਟਾਈਮ ਬਹੁਤ ਕੁਝ ਸੁਣਨਾ ਵੀ ਪੈਂਦਾ ਜਦੋਂ ਬੰਦਾ ਫੇਲਿਅਰ ਹੁੰਦਾ ਕਿਸੇ ਵੀ ਚੀਜ਼ ਦੇ ਵਿੱਚ ਦੇਖੋ ਸਤੀਜੀ ਮੈਂ ਆਪ ਜੀ ਨੂੰ ਸ਼ਾਰਟਕਟ ਦੇ ਵਿੱਚ ਦੱਸ ਦੇਣਾ ਕਿ ਜਿਹੜਾ ਹੁਣ ਇਹ 468 ਕੈਂਪਾਂ ਦਾ ਸਫਰ ਏ ਇਹ ਕੋਈ ਛੋਟਾ ਸਫਰ ਨਹੀਂ ਹੈ ਕਿਉਂਕਿ 468 ਨੂੰ ਅਗਰ ਆਪਾਂ 15 ਦੇ ਨਾਲ ਗੁਣਾ ਕਰੀਏ ਤਾਂ ਹਿਸਾਬ ਲਾਓ ਵੀ ਕਿੰਨੇ ਦਿਨ ਔਰ ਕਿੰਨੇ ਸਾਲ ਔਰ ਕਿੰਨੇ ਘੰਟੇ ਬਣਦੇ ਨੇ ਔਰ ਹਰ ਕੈਂਪ ਦੇ ਵਿੱਚ ਅਸੀਂ ਸਿਰਫ 4 ਘੰਟੇ ਸੌਂਦੇ ਆ ਔਰ 20 ਘੰਟੇ ਜਾਗਦੇ ਰਹਿੰਦੇ ਆ 20 ਘੰਟੇ ਦੇ ਵਿੱਚ ਸਾਡੀ 10 ਘੰਟੇ ਇਲਾਜ ਦੀ ਸੇਵਾ ਹੁੰਦੀ ਹੈ ਔਰ 2 ਘੰਟੇ ਯੋਗਾ ਸਵੇਰੇ ਕਲਾਸ ਦੀ ਸੇਵਾ ਹੁੰਦੀ ਹੈ ਇਹਦੇ ਨਾਲ ਘੱਟੋ ਘੱਟ 4 ਘੰਟੇ ਸਾਡੇ ਜਿਹੜੇ ਬੱਚੇ ਰਹਿੰਦੇ ਨੇ ਔਰ ਜਾਂ ਜੋ ਉਸ ਇਲਾਕੇ ਦੇ ਬੱਚੇ ਸਿੱਖਣ ਵਾਸਤੇ ਆਉਂਦੇ ਨੇ ਉਹਨਾਂ ਦੀ ਸਿਖਲਾਈ ਦੀ ਸੇਵਾ ਚੱਲਦੀ ਹੈ ਇਹ ਸਾਰਾ ਪ੍ਰੋਸੈਸ ਆਪ ਜੀ ਦੇਖੋਗੇ ਤਾਂ ਆਪ ਜੀ ਨੂੰ ਬੜਾ ਹੈਰਾਨੀ ਹੋਏਗੀ ਕਿ 24 ਘੰਟਿਆਂ ਦੇ ਵਿੱਚ ਅਸੀਂ ਕੈਂਪ ਦੇ ਵਿੱਚ 15 ਦਿਨ ਦੇ ਕੈਂਪ ਦੇ ਵਿੱਚ ਸਿਰਫ 4 ਘੰਟੇ ਸੌਂਦੇ ਹਾਂ ਔਰ 20 ਘੰਟੇ ਸਾਡੀ ਸੇਵਾ ਜਿਹੜੀ ਹੈ ਉਹ ਲਗਾਤਾਰ ਅ ਜਲਦੀ ਰਹਿੰਦੀ ਹੈ ਮਤਲਬ ਇਹ ਇੱਕ ਤਰ੍ਹਾਂ ਦੀ ਇੱਕ ਤਪੱਸਿਆ ਦਾ ਰੂਪ ਹੈ ਜੋ ਕਿ ਅਸੀਂ ਮਤਲਬ ਦਿਨ ਰਾਤ ਕਰ ਰਹੇ ਹਾਂ ਬਿਲਕੁਲ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਜਿਵੇਂ ਪਹਿਲੇ ਵੀ ਗਏ ਫੇਲਿਅਰ ਵੀ ਬਹੁਤ ਮਿਲਦੇ ਹਨ ਤੇ ਐਸਾ ਕੋਈ ਮਤਲਬ ਕਿ ਆਇਆ ਜਦੋਂ ਸਟਾਰਟਿੰਗ ਦੇ ਟਾਈਮ ਦੇ ਵਿੱਚ ਸਟਾਰਟਿੰਗ ਦੇ ਵਿੱਚ ਜੋ ਅਸੀਂ ਮਹਾਪੁਰਸ਼ਾਂ ਕੋਲੇ ਰਹਿ ਕੇ ਵਿਦਿਆਵਾਂ ਸਿੱਖੀਆਂ ਸੀ ਜਿਵੇਂ ਐਕੂਪ੍ਰੈਸਰ ਰੇਕੀ ਸੁਜੋਗ ਮੈਗਨੈਟਿਕ ਥੈਰੇਪੀ ਕਲਰ ਥੈਰੇਪੀ ਇਹ ਜੋ ਵਿਦਿਆਵਾਂ ਸਿੱਖੀਆਂ ਸੀ ਉਹਨਾਂ ਵਿਦਿਆਵਾਂ ਦੇ ਨਾਲ ਜਦੋਂ ਅਸੀਂ ਇਲਾਜ ਕਰਦੇ ਸੀ ਔਰ ਕਈ ਪੇਸ਼ੈਂਟ ਦੇਖੋ ਆਪਜੀ ਨੂੰ ਵੀ ਪਤਾ ਹੈ ਸੰਗਤ ਨੂੰ ਪਤਾ ਹੈ ਕਿ ਲੋਕ ਅੱਜਕੱਲ ਚਾਹੁੰਦੇ ਨੇ ਕਿ ਸਾਨੂੰ ਕਰੰਟਲੀ ਰਿਜ਼ਲਟ ਮਿਲੇ ਵੀ ਜਲਦੀ ਫਾਇਦਾ ਹੋਵੇ ਔਰ ਕਈ ਵਾਰੀ ਅਸੀਂ ਇੱਕ ਪੇਸ਼ੈਂਟ ਤੇ ਬੜੀ ਮਿਹਨਤ ਕਰਦੇ ਸੀ ਮਿਹਨਤ ਕਰਨ ਤੋਂ ਬਾਅਦ ਅਗਲੇ ਦਿਨ ਪੇਸ਼ੈਂਟ ਆ ਕੇ ਕਹਿੰਦਾ ਸੀ ਜੀ ਮੈਨੂੰ ਤਾਂ ਫਾਇਦਾ ਜਿਆ ਹੋਇਆ ਨਹੀਂ ਉਦੋਂ ਮਨ ਨੂੰ ਬੜੀ ਤਕਲੀਫ ਹੁੰਦੀ ਸੀ ਵੀ ਆਪਾਂ ਨੇ ਮਿਹਨਤ ਵੀ ਕੀਤੀ ਔਰ ਆਪਾਂ ਜੇ ਰਿਜ਼ਲਟ ਨਹੀਂ ਆਇਆ ਤਾਂ ਮਨ ਨੂੰ ਦੁੱਖ ਹੁੰਦਾ ਸੀ ਪਰ ਉਸ ਦੁੱਖ ਨੂੰ ਅਸੀਂ ਕਿਸੇ ਨੂੰ ਨਹੀਂ ਦੱਸਦੇ ਸੀ ਅਸੀਂ ਉਸ ਦੁੱਖ ਨੂੰ ਕਨਵਰਟ ਕਰਦੇ ਸੀ ਉਹ ਦੁੱਖ ਦੀ એનર્ਜੀ ਨੂੰ ਕਨਵਰਟ ਕਰਕੇ ਵੀ ਆਹ ਇਹ ਪੇਸ਼ੀਐਂਟ ਦੇ ਅੰਦਰ ਕਮੀ ਨਹੀਂ ਹੈ ਇਹ ਆਪਣੇ ਅੰਦਰ ਕੋਈ ਕਮੀ ਹੈ ਔਰ ਉਸ ਕਮੀ ਨੂੰ ਠੀਕ ਕਰਦੇ 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 ਫਿਰ ਇਹ ਜੋ ਸਫਰ ਦੇ ਵਿੱਚ ਚਲਦੇ ਚਲਦੇ ਇੱਕ ਅਨੁਭਵ ਹੁੰਦਾ ਗਿਆ ਔਰ ਅਨੁਭਵ ਦੇ ਨਾਲ ਨਾਲ ਫਿਰ ਇੱਕ ਨਵੀਂ ਅਸੀਂ ਇੱਕ ਚੀਜ਼ ਤਿਆਰ ਕਰਦੇ ਗਏ ਜਿਵੇਂ ਇੱਕ ਬੀਜ ਹੁੰਦਾ ਹੈ ਬੀਜ ਦੇ ਵਿੱਚ ਹੁੰਦਾ ਤਾਂ ਪੇੜ ਸਾਰਾ ਹੀ ਚਿਬਿਆ ਲੇਕਿਨ ਉਸ ਉਹ ਬੀਜ ਜਦੋਂ ਉੱਗ ਜਾਂਦਾ ਫਿਰ ਉਹ ਇੱਕ ਹੌਲੀ 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 ਇੱਕ ਵੱਡਾ ਪੇੜ ਬਣ ਜਾਂਦਾ ਇਸੇ ਤਰ੍ਹਾਂ ਹੀ ਸ਼ੁਰੂਆਤ ਨੇਚਰਲ ਪੈਥੀ ਤੋਂ ਹੀ ਹੋਈ ਔਰ ਉਸ ਨੇਚਰਲ ਪੈਥੀ ਨੂੰ ਅਸੀਂ ਇੱਕ ਨਵਾਂ ਵਿਰਾਟ ਰੂਪ ਦਿੰਦੇ ਗਏ ਉਹ ਜਿਹੜੀ ਸੰਗਤ ਦੀਆਂ ਕਿਉਂਕਿ ਸੰਗਤ ਦੀਆਂ ਛਿੜਕਾਂ ਵੀ ਅੱਛੀਆਂ ਹੁੰਦੀਆਂ ਨੇ ਕਿਉਂਕਿ ਮੰਨ ਲਓ ਅਲੱਗ-ਅਲੱਗ ਏਰੀਏ ਦੇ ਵਿੱਚ ਗਏ ਅਸੀਂ ਅਲੱਗ-ਅਲੱਗ ਲੋਕਾਂ ਦੇ ਵਿੱਚ ਗਏ ਤਾਂ ਕਈ ਲੋਕ ਤਾਂ ਬੜੇ ਪਿਆਰ ਕਰਨ ਵਾਲੇ ਹੁੰਦੇ ਨੇ ਕਈ ਥੋੜੇ ਜਿ ਔਖੇ ਬੋਲਣ ਵਾਲੇ ਹੁੰਦੇ ਨੇ ਲੇਕਿਨ ਅਸੀਂ ਸਾਰਿਆਂ ਨੂੰ ਸਿਰ ਮੱਥੇ ਲਾਉਂਦੇ ਗਏ ਔਰ ਉਹਨਾਂ ਦੀ ਹਰ ਗੱਲ ਨੂੰ ਮਤਲਬ ਕੋਈ ਵੀ ਬੰਦਾ ਕਹਿੰਦਾ ਅਸੀਂ ਤਾਂ ਇਹ ਵਿਚਾਰ ਕਰਦੇ ਸੀ ਵੀ ਹਰ ਇੱਕ ਜ਼ੁਬਾਨ ਉਸ ਪਰਮਾਤਮਾ ਦੀ ਹੈ ਉਹ ਕਿਸੇ ਦੇ ਰੂਪ ਕਿਸੇ ਵੀ ਰੂਪ ਦੇ ਵਿੱਚ ਅਗਰ ਆਪਾਂ ਨੂੰ ਮਿਲ ਰਹੀ ਹੈ ਤਾਂ ਉਹਦਾ ਸਾਨੂੰ ਸਵਾਗਤ ਕਰਨਾ ਚਾਹੀਦਾ ਹੈ ਅਗਰ ਕੋਈ ਔਖਾ ਵੀ ਬੋਲਦਾ ਸੀ ਕੋਈ ਆ ਕੇ ਲੜਦਾ ਵੀ ਸੀ ਕੋਈ ਝਗੜਦਾ ਵੀ ਸੀ ਕਈ ਕੈਂਪਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਰਹੀਆਂ ਲੇਕਿਨ ਅਸੀਂ ਕਦੇ ਕਿਸੇ ਦੀ ਕੋਈ ਪ੍ਰਵਾਹ ਨਹੀਂ ਕੀਤੀ ਅਸੀਂ ਆਪਦੀ ਸੇਵਾ ਦਾ ਜਿਹੜਾ ਮਿਸ਼ਨ ਸੀ ਉਹਨੂੰ ਚਲਾਉਂਦੇ ਰਏ ਚਲਾਉਂਦੇ ਰਏ ਜਾਰੀ ਰੱਖਿਆ ਤੇ ਜਿਹੜੀ ਤੁਸੀਂ ਸੇਵਾ ਕਰਦੇ ਹੋ ਫ੍ਰੀ ਹੈ ਜਾਂ ਮਤਲਬ ਕਿ ਇਹਦੇ ਕੁਝ ਪੈਸੀ ਵੀ ਲੈਨੇ ਆ ਇਹ ਸਤੀਜੀ ਸੇਵਾ ਤਾਂ ਅਸੀਂ ਬਿਲਕੁਲ ਫ੍ਰੀ ਸ਼ੁਰੂ ਕੀਤੀ ਸੀ ਅਸੀਂ 250 ਕੈਂਪ ਜਿਹੜੇ ਸੀ ਉਹ ਬਿਲਕੁਲ ਫ੍ਰੀ ਲਾਏ ਸੀ ਔਰ ਫ੍ਰੀ ਲਾਣ ਤੋਂ ਬਾਅਦ ਜਿਵੇਂ ਕਈ ਸੰਸਥਾਵਾਂ ਅਲੱਗ-ਅਲੱਗ ਸੰਸਥਾਵਾਂ ਕੈਂਪ ਲਗਵਾਉਂਦੀਆਂ ਸੀ ਔਰ ਉਹਦੇ ਵਿੱਚ ਅਸੀਂ ਇੱਕ ਮਤਲਬ ਜਿਵੇਂ দান ਵਾਸਤੇ ਕੋਈ ਰੱਖ ਦਿੰਦੇ ਸੀ ਉਹਦੇ ਵਿੱਚ ਜੋ ਵੀ ਸੰਗਤ ਆਪਦੀ ਸ਼ਰਦਾ ਨਾਲ ਪਾ ਦਿੰਦੀ ਸੀ ਅਸੀਂ ਸਾਡਾ ਉਹਦੇ ਨਾਲ ਚੱਲਦਾ ਰਹਿੰਦਾ ਸੀ ਪਰ ਕਈ ਵਾਰੀ ਕੀ ਹੁੰਦਾ ਸੀ ਕਿ ਕੈਂਪ ਦੇ ਵਿੱਚ ਲੋਕੀ ਇਲਾਜ ਕਰਾਉਂਦੇ ਸੀ ਔਰ ਕਰਾ ਕੇ ਆਪਦਾ ਚਲੇ ਜਾਂਦੇ ਸੀ ਇਸ ਕਰਕੇ ਸਾਨੂੰ ਕਈ ਵਾਰੀ ਇਹ ਸਮੱਸਿਆ ਆਂਦੀ ਸੀ ਕਿ ਮੰਨ ਲਓ ਅਸੀਂ ਗੱਡੀ ਲੈ ਕਰਕੇ ਲੈ ਕੇ ਜਾਣਾ ਪਰ ਉਹਦੇ ਵਿੱਚ ਪਾਣ ਜੋਗੇ ਤੇਲ ਦੇ ਪੈਸੇ ਵੀ ਨਹੀਂ ਹੁੰਦੇ ਸੀ ਫਿਰ ਅਸੀਂ ਹੌਲੀ ਹੌਲੀ ਵਿਚਾਰ ਕਰਕੇ ਫਿਰ 5 ਰੁਪਏ ਸ਼ਿਵਾਂ ਰੱਖੀ 250 ਕੈਂਪਾਂ ਤੋਂ ਬਾਅਦ ਉਸ ਤੋਂ ਬਾਅਦ ਉਹ ਕਾਫੀ ਟਾਈਮ ਚੱਲਦਾ ਰਿਹਾ ਉਹਦੇ ਨਾਲ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਕਿਉਂਕਿ ਸਾਡੇ ਕੋਲੇ ਬੱਚੇ ਵੀ ਹੁੰਦੇ ਨੇ ਉਹਨਾਂ ਦਾ ਅਕਸਰ ਕੋਈ ਵੀ ਆਪਾਂ ਕੰਮ ਕਰੀਏ ਕਰੇ ਬੂਟਾ ਵੀ ਲਾਈਏ ਤਾਂ ਉਹਨੂੰ ਵੀ ਪਾਣੀ ਦੇਣਾ ਪੈਂਦਾ ਫੇਰ ਹੀ ਉਹ ਚੱਲਦਾ ਕੋਈ ਵੀ ਸੇਵਾ ਹੈ ਉਹ ਸੰਗਤ ਦੇ ਸਹਿਯੋਗ ਦੇ ਨਾਲ ਹੀ ਚਲਦੀ ਹੈ ਪਰ ਸਾਨੂੰ ਕਦੇ ਕੋਈ ਦਿੱਕਤ ਇਸ ਤਰ੍ਹਾਂ ਦੀ ਆਈ ਨਹੀਂ ਕਿ ਕਦੇ ਸਾਨੂੰ ਮੁਹਤਾਜ ਹੋਣਾ ਪਿਆਵੇ ਔਰ ਉਹ ਸੇਵਾ ਜਿਹੜੀ ਹੈ ਸੰਗਤ ਦੇ ਸਹਿਯੋਗ ਨਾਲ ਚਲਦੀ ਰਹੀ ਫਿਰ ਅਸੀਂ 5 ਰੁਪਏ ਸੇਵਾ ਰੱਖੀ ਕੁਝ ਟਾਈਮ 5 ਰੁਪਏ ਚੱਲਦੀ ਰਹੀ ਫਿਰ 10 ਰੁਪਏ ਰੱਖੀ 10 ਤੋਂ ਫਿਰ 15 ਕੀਤੀ ਔਰ ਅੱਜ ਇਸ ਮਹਿੰਗਾਈ ਦੇ ਵਿੱਚ ਵੀ ਸਾਡੀ 20 ਰੁਪਏ ਸੇਵਾ ਹੈ ਪਰ ਪੇਸ਼ੈਂਟ ਤੋਂ ਅਸੀਂ ਮੰਗਦੇ ਆ ਨਹੀਂ ਜੇ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਵੀ ਨਹੀਂ ਹੈਗੀ ਜੇ ਤੁਸੀਂ ਮਤਲਬ ਕਿ ਇੰਨੇ ਲੋਕਾਂ ਦੀ ਸੇਵਾ ਕਰਦੇ ਹੋ ਤੇ ਉਹਨਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਆਪਣੇ ਜਿਹੜੇ ਰੋਗਾਂ ਤੋਂ ਰਾਹਤ ਵੀ ਮਿਲਦੀ ਹੈ ਠੀਕ ਵੀ ਹੋ ਕੇ ਜਾਂਦੇ ਆ ਤਾਂ ਬਹੁਤ ਜ਼ਿਆਦਾ ਸੇਵਾ ਵੀ ਨਹੀਂ ਹੈਗੀ ਇਹ ਨਹੀਂ ਨਹੀਂ ਬਿਲਕੁਲ 20 ਰੁਪਏ ਕੋਈ ਜ਼ਿਆਦਾ ਸੇਵਾ ਨਹੀਂ ਹੈ ਔਰ ਕਈ ਸੰਗਤਾਂ ਸਾਨੂੰ ਕਹਿੰਦੀਆਂ ਵੀ ਨੇ ਵੀ ਬਾਬਾ ਜੀ 20 ਰੁਪਏ ਥੋੜੀ ਹੈ ਲੇਕਿਨ ਅਸੀਂ ਥੋੜੀ ਜਿਹੜਾ ਕਹਿੰਦਾ ਉਹਦੇ ਉਹਦੇ ਵੱਲ ਜਿਆਦਾ ਧਿਆਨ ਨਹੀਂ ਦਿੰਦੇ ਅਸੀਂ ਕਈ ਵਾਰੀ ਇਹ ਸੋਚਦੇ ਆ ਕਿ ਕੁਝ ਐਸੇ ਵੀ ਨੇ ਜਿਹੜੇ ਵੀ ਦੇਣ ਵਾਲੇ ਵੀ ਨਹੀਂ ਹੈਗੇ ਅਸੀਂ ਉਹਨਾਂ ਦੇ ਸਾਡਾ ਟਾਰਗੇਟ ਉਹਨਾਂ ਤੇ ਰਹਿੰਦਾ ਹੈ ਕਿ ਕਈ ਇਹ ਜੇ ਨੇ ਜਿਹੜੇ 20 ਰੁਪਏ ਮੰਨ ਲਓ ਕਈ ਵਾਰੀ ਕੈਂਪ ਦੇ ਵਿੱਚ ਅਸੀਂ ਦੇਖਦੇ ਹੁੰਨੇ ਆ ਤੋ ਕਈ ਮੰਨ ਲਓ ਅੱਜ 20 ਰੁਪਏ ਲਏ ਅਸੀਂ ਅਗਲੇ ਦਿਨ ਵੀ ਕਹਿੰਨੇ ਵੀ ਅੱਜ ਦੀ ਸੇਵਾ 20 ਰੁਪਏ ਤੋ ਉਹ ਕਹਿੰਦੇ ਅੱਜ ਵੀ ਲਵੋਗੇ ਤੋ ਉਹਨਾਂ ਨੂੰ ਦੇਖ ਕੇ ਮਨ ਨੂੰ ਹੁੰਦਾ ਵੀ ਅਜੇ ਉਹ ਉਸ ਤਰ੍ਹਾਂ ਦੇ ਵੀ ਲੋਕ ਨੇ ਜਿਹੜੇ 20 ਰੁਪਏ ਦੇਣ ਦੇ ਵਿੱਚ ਵੀ ਸਮਰੱਥ ਨਹੀਂ ਨੇ ਅਸੀਂ ਉਹਨਾਂ ਦੇ ਲਈ ਸੇਵਾ ਕਰਨੀ ਹੈ ਜੀ ਠੀਕ ਹੈ ਮੰਨ ਲਓ ਕੋਈ ਜ਼ਿਆਦਾ ਦੇਣ ਵਾਲਾ ਤਾਂ ਦੇ ਜਾਵੇ ਦਾਨ ਪਰਚੀ ਵੀ ਕਟਵਾ ਸਕਦਾ ਹੈ ਲੇਕਿਨ ਅਸੀਂ ਇੱਕ 20 ਰੁਪਏ ਸੇਵਾ ਦੇ ਦੋ ਮਿਸ਼ਨ ਨੇ ਇੱਕ ਤਾਂ ਸਾਡਾ ਸਿਸਟਮ ਚੱਲਦਾ ਰਹੇ ਜੀ ਸੈਕੰਡਰੀ ਕੀ ਹੁੰਦਾ ਹੈ ਕਿ ਜਦੋਂ ਅਸੀਂ ਫ੍ਰੀ ਕੈਂਪ ਰੱਖਦੇ ਸੀ ਤਾਂ ਪੀੜ ਇੰਨੀ ਇਕੱਠੀ ਹੋ ਜਾਂਦੀ ਸੀ ਕਿ ਜਿਹਨੂੰ ਜ਼ਰੂਰਤ ਹੁੰਦਾ ਸੀ ਉਹਨੂੰ ਇਲਾਜ ਨਹੀਂ ਮਿਲਦਾ ਸੀ ਤੋ ਹੁਣ 200 ਰੁਪਏ ਸੇਵਾ ਦੇ ਨਾਲ ਕੀ ਹੈ ਕਿ ਉਹ ਉਹੀ ਬੰਦਾ ਹੁੰਦਾ ਜਿਹਨੂੰ ਇਲਾਜ ਦੀ ਲੋੜ ਹੁੰਦੀ ਹੈ ਤੇ ਫਿਰ ਜਿਹੜੀ ਕੈਂਪ ਵਾਸਤੇ ਜਗਾ ਆਰਗੇਨਾਈਜ਼ ਕਰਦੇ ਆ ਉਹਦਾ ਖਰਚਾ ਉਹ ਕੋਣ ਬੀਅਰ ਕਰਦਾ ਉਹ ਜੋ ਵੀ ਸੰਸਥਾਵਾਂ ਜਿਵੇਂ ਕੈਂਪ ਲਗਾਉਂਦੀਆਂ ਨੇ ਕੋਈ ਵੀ ਸੰਸਥਾ ਕੈਂਪ ਲਗਾਉਂਦੀ ਹੈ ਇਹਦਾ ਕੋਈ ਲੰਬਾ ਚੌੜਾ ਖਰਚਾ ਨਹੀਂ ਹੁੰਦਾ ਨਾਰਮਲ ਜਿਵੇਂ ਸਾਡੇ ਨਾਲ ਟੀਮ ਹੁੰਦੀ ਹੈ ਔਰ ਸਾਡੀ ਟੀਮ ਦੀ ਭੋਜਨ ਦੀ ਵਿਵਸਥਾ ਰਹਿਣ ਦੀ ਵਿਵਸਥਾ ਕਰਨੀ ਹੁੰਦੀ ਹੈ ਔਰ ਅਸੀਂ ਉੱਥੇ ਜਾ ਕੇ ਕੈਂਪ ਲਗਾ ਦਿੰਨੇ ਆ ਰਹਿਣ ਵਾਸਤੇ ਸਾਨੂੰ ਇੱਕ ਦੋ ਰੂਮ ਦੀ ਲੋੜ ਹੁੰਦੀ ਹੈ ਕੋਈ ਜ਼ਿਆਦਾ ਨਹੀਂ ਵੀ ਕੋਈ ਵੱਡੀ ਵਿਵਸਥਾ ਅਸੀਂ ਨਹੀਂ ਸਾਨੂੰ ਦੋ ਨਾਰਮਲ ਰੂਮ ਦੀ ਲੋੜ ਹੁੰਦੀ ਹੈ ਔਰ ਇੱਕ ਇਲਾਜ ਵਾਸਤੇ ਲੰਬਾ ਹਾਲ ਦੀ ਲੋੜ ਹੁੰਦੀ ਹੈ ਵੈਸੇ ਤੁਸੀਂ ਸ਼ਾਂਤੀ ਚ ਬਹੁਤ ਸਾਰੇ ਐਸੀ ਕੇਸ ਜਿਹੜੇ ਹੈਗੇ ਆ ਉਹ ਸੋਲਵ ਕੀਤੇ ਹੋਣੇ ਕਿ ਜਿਹੜੇ ਮਤਲਬ ਕਿ ਬੰਦੇ ਦੀ ਸੋਚ ਤੋਂ ਪਰੇ ਹੁੰਦੇ ਹਨ ਹੈਨਾ ਕਹਿਣ ਦਾ ਮਤਲਬ ਹੈ ਤੇ ਕੋਈ ਐਸੇ ਦੋ ਸਾਂਝੇ ਕਰਨਾ ਚਾਹੋਗੇ ਇੱਕ ਜਾਂ ਦੋ ਕਿਸੇ ਜਿਹੜੇ ਮਤਲਬ ਕਿ ਲੋਕ ਐਸੇ ਆਏ ਤੁਹਾਡੇ ਕੋਲ ਜਿਨ੍ਹਾਂ ਨੂੰ ਸਾਰੇ ਪਾਸੇ ਜਵਾਬ ਮਿਲ ਗਿਆ ਹੋਵੇ ਤੇ ਤੁਹਾਡੇ ਕੋਲੋਂ ਠੀਕ ਹੋ ਗਏ ਜਦੋਂ ਤੰਦਰੁਸਤ ਹੋ ਕੇ ਗਏ ਤੇ ਉਹਦਾ ਲੱਗ ਹੀ ਚੈਨ ਉਹਦਾ ਸਕੂਨ ਮਿਲਿਆ ਹੋਵੇ ਜੀ ਜੀ ਕੋਈ ਐਸੇ ਕੇਸ ਜਿਹੜੇ ਸਾਂਝੇ ਕਰਨਾ ਚਾਹੁੰਦੇ ਹੋ ਇੱਕ ਕੇਸ ਸਾਨੂੰ ਯਾਦ ਹੈ ਕਿ ਮਦੇਵੀ ਪਿੰਡ ਹੈ ਮਲੇਰ ਕੋਟਲਾ ਦੇ ਕੋਲੇ ਉੱਥੋਂ ਦੀ ਇੱਕ ਬੜੇ ਅੱਛੇ ਪਰਿਵਾਰ ਦੀ ਬੀਬੀ ਸੀ ਤੇ ਉਹਨੂੰ ਕੈਂਸਰ ਹੋ ਗਿਆ ਔਰ ਉਹਦੇ ਪੇਟ ਦੇ ਵਿੱਚ 5-6 ਗੱਠਾਂ ਸੀ ਔਰ ਡਾਕਟਰਾਂ ਨੇ ਪੀਜੀਆਈ ਨੇ ਸਾਰਿਆਂ ਨੇ ਸਭ ਨੇ ਜਵਾਬ ਦਿੱਤਾ ਵੀ ਇਹਨੂੰ ਘਰੇ ਲੈ ਜਾਓ ਹੁਣ ਤਾਂ ਇਹਨੇ بس 5-7 ਦਿਨਾਂ ਦੀ ਮਹਿਮਾਨ ਹੈ। ਅਮਲੋ ਸਾਡਾ ਕੈਂਪ ਲੱਗਿਆ ਹੋਇਆ ਸੀ ਉੱਥੇ ਉਹ ਐਂਬੂਲੈਂਸ ਦੇ ਵਿੱਚ ਪਾ ਕੇ ਲੈ ਕੇ ਆਏ ਸੀ। ਔਰ ਉਹਨਾਂ ਦੀ ਕੋਈ ਰਿਲੇਟਿਵ ਸੀ ਜੋ ਟੀਚਰ ਲੱਗੀ ਹੋਈ ਸੀ ਔਰ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਕਰਕੇ ਸਾਡੇ ਕੈਂਪ ਲੱਗਿਆ ਹੋਇਆ ਹੈ ਔਰ ਤੁਸੀਂ ਅਗਰ ਇੱਥੇ ਆਓ ਤਾਂ ਇਲਾਜ ਕਰਾ ਸਕਦੇ ਹੋ। ਤਾਂ ਉਹ ਬੀਬੀ ਦੀ ਵੀ ਸ਼ਰਦਾ ਸੀ ਉਦੋਂ ਅਸੀਂ ਇੱਕ ਰੇਕੀ ਇਲਾਜ ਹੈ ਜਿਹੜਾ ਹੱਥ ਦੇ ਸਪਰਸ਼ ਨਾਲ ਦਿੱਤਾ ਜਾਂਦਾ ਹੈ। ਉਹਦੇ ਨਾਲ ਉਹ ਅਸੀਂ ਕਰਦੇ ਸੀ। ਤੋ ਉਹ ਜਦੋਂ ਲੈ ਕੇ ਆਏ ਤਾਂ ਉਹ ਬੀਬੀ ਦੇ ਜਦੋਂ ਹਾਲਾਤ ਦੇਖੇ ਉਹਦਾ ਪੇਟ ਜਿਵੇਂ ਮੰਨ ਲਓ ਡਿਲੀਵਰੀ ਟਾਈਪ ਹੁੰਦਾ ਹੈ ਉਸ ਤਰ੍ਹਾਂ ਉਹਦਾ ਪੇਟ ਫੁੱਲਿਆ ਹੋਇਆ ਔਰ ਉਹਨੇ ਪਿਛਲੇ 3 ਦਿਨਾਂ ਤੋਂ ਖਾਣਾ ਵੀ ਨਹੀਂ ਖਾਦਾ ਹੋਇਆ ਸੀ ਅੱਛਾ ਜੀ ਔਰ ਸਾਡੇ ਕੋਲੇ ਉੱਥੇ ਜਿਵੇਂ ਹੁਣ ਇਸ ਟਾਈਮ ਮੌਜੂਦਾ ਸਾਧੂ ਸਿੰਘ ਧਰਮਸੋਧ ਜੀ ਉਥੋਂ ਦੇ ਐਸਪੀ ਬੋਪਰ ਰਾਏ ਜੀ ਤੇ ਔਰ ਕਈ ਲੋਕ ਆਏ ਹੋਏ ਸੀ ਤੇ ਉਹ ਬੀਬੀ ਨੂੰ ਜਦੋਂ ਦੇਖਿਆ ਵੀ ਉਹ ਕਹਿੰਦੇ ਜੀ ਬਾਬਾ ਜੀ ਇਹ ਹੈ ਵੀ ਇਹ ਕੇਸ ਤੁਸੀਂ ਨਾ ਲਓ ਕਿਉਂਕਿ ਇਹ ਬੜਾ ਸੈਂਸਿਟਿਵ ਹੈਗਾ ਹੈ ਤੇ ਇਹ ਨਾ ਹੋਵੇ ਵੀ ਮਤਲਬ ਕੈਂਪਸ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ ਤਾਂ ਉਹ ਅੱਛਾ ਨਹੀਂ ਲੱਗੇਗਾ। ਤੋਂ ਲੇਕਿਨ ਮੇਰੇ ਮਨ ਦੇ ਵਿੱਚ ਇੱਕ ਸੰਕਲਪ ਸੀ ਵੀ ਪੇਸ਼ੈਂਟ ਕੋਈ ਵੀ ਹੈ। ਮੰਨ ਲਓ ਡਾਕਟਰ ਨੇ ਜੋ ਜਵਾਬ ਹੀ ਦਿੱਤਾ ਵੀ ਇਹ 5-7 ਦਿਨਾਂ ਦੀ ਮਹਿਮਾਨ ਹੈ ਤਾਂ ਉਸ ਮਹਿਮਾਨ ਤੇ ਆਪਾਂ ਨੂੰ ਪ੍ਰੈਕਟੀਕਲ ਕਰਨ ਦੇ ਵਿੱਚ ਹਰਜ ਵੀ ਕੀ ਹੈ। ਵੀ ਜਦੋਂ ਉਹ ਫਿਰ ਅਸੀਂ ਉਹ ਬੀਬੀ ਨਾਲ ਗੱਲਬਾਤ ਕੀਤੀ ਵੀ ਇਹ ਜਿਹੜਾ ਇਲਾਜ ਅਸੀਂ ਕਰਾਂਗੇ ਤਾਂ ਮਤਲਬ ਇਹਦੇ ਲਈ ਤੁਹਾਨੂੰ ਕੋਈ ਉਹ ਕਹਿੰਦੇ ਬਾਬਾ ਜੀ ਤੁਸੀਂ ਮੈਨੂੰ ਇਲਾਜ ਦੇ ਦਿਓ। ਚਾਹੇ ਮੈਂ ਜੀਆ ਚਾਹੇ ਮਰਾਂ ਇਹਦੇ ਨਾਲ ਤੁਹਾਨੂੰ ਕੋਈ ਮਤਲਬ ਨਹੀਂ ਤੇ ਮੇਰੇ ਕੋਲ ਜੇ ਲਿਖਾਣਾ ਐਫੀਡਵਿਟ ਤੇ ਮੈਂ ਲਿਖ ਵੀ ਦਿੰਨੀ ਆ ਵੀ ਮੈਨੂੰ ਕੁਝ ਹੋ ਜੇ ਤੇ ਦੀ ਜ਼ਿੰਮੇਵਾਰ ਮੈਂ ਆ ਪਰ ਤੁਸੀਂ ਮੈਨੂੰ ਇਲਾਜ ਜ਼ਰੂਰ ਦਿਓ ਤਾਂ ਉਹ ਬੀਬੀ ਦਾ ਸੀ ਇਲਾਜ ਜਦੋਂ ਦਿੱਤਾ ਇਲਾਜ ਦੇਣ ਤੋਂ ਬਾਅਦ ਉਹ ਸਾਡੇ ਕੋਲ ਕਈ ਵਿਦਿਆਰਥੀ ਹੈਗੇ ਸੀ ਕਿਉਂਕਿ ਸਾਰੇ ਆਨੇ ਮਿਲ ਕੇ ਉਹਨੂੰ ਗਰੁੱਪ ਰੈਕੀ ਵੀ ਦਿੱਤੀ ਔਰ ਕੁਝ ਨੇਚਰਲ ਪੈਥੀ ਦੇ ਨਾਲ ਵੀ ਉਹਨੂੰ ਇਲਾਜ ਦਿੱਤਾ ਤਾਂ ਆਪ ਜੀ ਹੈਰਾਨੀ ਮੰਨੋਗੇ ਕਿ ਉਸ ਦਿਨ ਉਹਨੇ ਅੱਧੀ ਰੋਟੀ ਖਾਧੀ ਔਰ ਉਹ ਰੋਟੀ ਉਹਨੂੰ ਪਚ ਗਈ ਸਾਨੂੰ ਬੜਾ ਹੌਸਲਾ ਜੋ ਗਿਆ ਵੀ ਹੁਣ ਇਹ ਕੁਛ ਨਾ ਕੁਛ ਇਹਨੂੰ ਫਰਕ ਹੈ। ਤੋਂ ਉਹ ਜਿਹੜਾ ਪ੍ਰੋਸੈਸ ਸੀ ਜਦੋਂ ਇੱਕ ਹਫਤਾ ਕੀਤਾ ਹਫਤੇ ਦੇ ਵਿੱਚ ਉਹ ਬੀਬੀ ਨੂੰ ਉਹ ਰੋਟੀ ਵੀ ਖਾਣ ਲੱਗੀ ਉਹਨੂੰ ਰੋਟੀ ਪਚਣ ਵੀ ਲੱਗੀ ਔਰ ਉਹਦਾ ਸਿਸਟਮ ਜਿਹੜਾ ਕੁਛ ਇੰਪਰੂਵ ਹੋ ਗਿਆ। ਉਹ ਫਿਰ ਉਹ ਕੈਂਪ ਅਟੈਂਡ ਕੀਤਾ ਉਸ ਤੋਂ ਬਾਅਦ ਇਹ ਅਗਲਾ ਜਦੋਂ ਕੈਂਪ ਅਟੈਂਡ ਕੀਤਾ 15 ਦਿਨ ਦਾ ਉਹਦੇ ਵਿੱਚ ਫਿਰ ਉਹ ਪਹਿਲੇ ਉਹਦਾ ਪਤੀਜਾ ਬੀਬੀ ਦਾ ਨਾਲ ਰਹਿੰਦਾ ਸੀ ਤੇ ਉਸ ਤੋਂ ਬਾਅਦ ਉਹ ਆਪੇ ਟੁਰਨ ਫਿਰਨ ਲੱਗੀ ਆਪ ਦਾ ਟੋਰਾ ਫੇਰਾ ਸ਼ੁਰੂ ਹੋ ਗਿਆ ਔਰ ਉਹਦੀਆਂ ਗੱਠਾਂ ਦਾ ਜਿਹੜਾ ਸਾਈਜ਼ ਸੀ ਉਹ પેટ ਅੰਦਰ ਨੂੰ ਜਾਣ ਲੱਗ ਗਿਆ ਅੱਛਾ ਜੀ 15 ਦਿਨ ਉਹ ਇਲਾਜ ਦਿੱਤਾ ਉਸ ਤੋਂ ਬਾਅਦ ਨੈਕਸਟ ਜਦੋਂ ਅਸੀਂ 15 ਦਿਨ ਦਿੱਤਾ ਉਹ ਸਾਡਾ ਕੈਂਪ ਕੁਰਾਲੀ ਦੇ ਕੋਲ ਲੱਗਿਆ ਉੱਥੇ ਇਲਾਜ ਦਿੱਤਾ ਤਾਂ ਉਹਨੂੰ ਜਿਸ ਦਿਨ ਸਾਡਾ ਕੈਂਪ ਸਮਾਪਤ ਹੋਣਾ ਸੀ 15 ਦਿਨ ਦਾ ਉਹਦੇ ਇੱਕ ਦਿਨ ਪਹਿਲਾਂ ਉਹਨੂੰ ਰਾਤ ਨੂੰ ਪੇਟ ਦੇ ਅੰਦਰ ਬੜਾ ਭਿਆੰਕਰ ਦਰਦ ਉੱਠਿਆ ਉਹ ਦਰਦ ਇੰਨਾ ਭਿਆੰਕਰ ਸੀ ਕਿ ਉਹ ਵਿਚਾਰੀ ਇੰਨੀ ਕੁ ਮਤਲਬ ਚੀਕਾਂ ਮਾਰ ਰਹੀ ਸੀ ਕਿ ਉਹ ਦਰਦ ਜਿਹੜਾ ਹੈ ਕਿਸੇ ਕੋਲੋਂ ਵੀ ਸਹਿਣ ਨਹੀਂ ਹੋ ਰਿਹਾ ਸਹਿਣ ਨਹੀਂ ਹੋ ਰਿਹਾ ਤਾਂ ਉਹ ਅਸੀਂ ਉਸ 10 ਵਜੇ ਤੋਂ ਲੈ ਕੇ ਔਰ ਸਵੇਰੇ 3 ਵਜੇ ਤੱਕ ਲਗਾਤਾਰ ਉਹਨੂੰ ਬੈਠੇ ਸੀ ਇਲਾਜ ਦਿੰਦੇ ਰਹੇ ਮੈਨੂੰ ਲੱਗਾ ਇੱਕ ਰਾਤ ਨੂੰ ਆਪਾਂ ਨੂੰ ਕੋਈ ਫਰਕ ਨਹੀਂ ਪੈਣਾ ਘੱਟੋ-ਘੱਟ ਇਹਦਾ ਦਰਦ ਕਿਸੇ ਤਰੀਕੇ ਨਾਲ ਰੁਕਣਾ ਚਾਹੀਦਾ ਦਵਾਈਆਂ ਨਾਲ ਤਾਂ ਕੋਈ ਉਹਨੂੰ ਹੈ ਨਹੀਂ ਸੀ ਇਹੀ ਇਲਾਜ ਦੇਣਾ ਸੀ ਉਹ ਅਸੀਂ ਇਲਾਜ ਦਿੰਦੇ ਰਹੇ ਦਿੰਦੇ ਰਹੇ ਔਰ 4 ਵਜੇ ਜਾ ਕੇ ਉਹ ਬੀਬੀ ਦੀ ਅੱਖ ਲੱਗੀ ਰੋਸ ਹੋ ਗਈ ਸਾਨੂੰ ਇੱਕ ਹੌਸਲਾ ਜਿਹਾ ਹੋਇਆ ਵੀ ਕੁਝ ਨਾ ਕੁਝ ਤਾਂ ਇਹਨੂੰ ਫਾਇਦਾ ਹੋਇਆ ਹੈ ਜਾਂ ਤਾਂ ਫਾਇਦਾ ਹੋਇਆ ਹੈ ਜਾਂ ਜੋ ਵੀ ਇਹਨੂੰ ਕੁਝ ਨਾ ਕੁਝ ਇਹਦੇ ਅੰਦਰ ਰਸਾਇਣਿਕ ਕਿਰਿਆ ਹੋਈ ਹੈ ਉਹ ਕੈਂਪ ਦੀ ਉਸ ਦਿਨ ਸਮਾਪਤੀ ਹੋ ਗਈ ਅਗਲੇ ਦਿਨ ਸਾਡਾ ਅਹਿਮਦ ਅਹਿਮਦਗੜ ਮੰਡੀ ਕੈਂਪ ਲੱਗਣਾ ਸੀ ਔਰ ਉੱਥੋਂ ਅਸੀਂ ਜਦੋਂ ਵਾਪਸ ਆਏ ਔਰ ਉਹ ਬੀਬੀ ਦੇ ਉੱਤੇ ਸਿਸਟਰ ਰੰਦੀ ਸੀ ਨਾਲੇ ਉਹ ਜਿਵੇਂ ਉੱਥੋਂ ਵਾਪਸ ਆਈ ਤਾਂ ਉਹ ਕਹਿੰਦੀ ਮੈਨੂੰ ਟਾਇਲਟ ਜਾਣਾ ਹੈ ਔਰ ਟਾਇਲਟ ਜਦੋਂ ਗਈ ਤਾਂ ਉਹਦੇ ਅੰਦਰ ਜਿਹੜਾ ਹੈ ਸਾਰਾ ਜਿੰਨਾ ਵੀ ਜ਼ਹਿਰ ਸੀ ਉਹ ਸਾਰਾ ਨਿਕਲ ਗਿਆ ਔਰ ਉਹਦਾ ਪੇਟ ਐਂ ਹੋ ਗਿਆ ਜਿਵੇਂ ਬਿਲਕੁਲ ਬਾਡੀ ਦੇ ਬਿਲਕੁਲ ਨਾਲ ਲੱਗੇ ਹੁੰਦੇ ਅੱਛਾ ਔਰ ਉਹ ਇੰਨੀ ਕੁ ਹਲਕੀ ਫੁਲਕੀ ਹੋ ਗਈ ਮਟ ਉਹਦੇ ਚਿਹਰੇ ਤੇ ਵੀ ਇੱਕ ਅਲੱਗ ਤੋਂ ਲੱਗ ਰਿਆ ਸੀ ਵੀ ਜਿਵੇਂ ਕੋਈ ਚੀਜ਼ ਜਿਵੇਂ ਇੱਕ ਔਰਤ ਮੰਨ ਲਓ ਡਿਲੀਵਰੀ ਹੋਣੀ ਹੁੰਦੀ ਹੈ ਬੱਚਾ ਹੋ ਜਾਂਦਾ ਤਾਂ ਬਿਲਕੁਲ ਉਹ ਹਲਕੀ ਹੋ ਜਾਂਦੀ ਹੈ ਉਸੇ ਤਰ੍ਹਾਂ ਜਿਹੜਾ ਹੈ ਉਹਦਾ ਸਰੀਰ ਬਿਲਕੁਲ ਹਲਕਾ ਹੋ ਗਿਆ ਹਿਸਾਬ ਲਗਾਓ ਕਿੱਥੇ 5-7 ਦਿਨ ਔਰ ਕਿੱਥੇ 4 ਮਹੀਨੇ ਹੋਰ ਉਹ ਜਿਉਂਦੀ ਰਹੀ ਅਸ ਉਹ ਸਾਡਾ ਜਿਹੜਾ ਮਿਸ਼ਨ ਸੀ ਉਹ ਬੜੇ ਹਾਈ ਲੈਵਲ ਤੇ ਜਾਣਾ ਸੀ ਲੇਕਿਨ ਉਹਦੇ ਵਿੱਚ ਇੱਕ ਅੜਚਨ ਐ ਸੀ ਪੈਦਾ ਹੋਈ ਕਿ ਉਹ ਉਹ ਬੀਬੀ ਨੂੰ ਅਸੀਂ ਰੋਕਿਆ ਸੀ ਵੀ ਤੁਸੀਂ ਜਿਹੜਾ ਹੈ ਮੋਟਰਸਾਈਕਲ ਤੇ ਵਗੈਰਾ ਤੇ ਜਾਂ ਜਿਵੇਂ ਤੁਹਾਡੇ ਰਿਲੇਟਿਵ ਕੋਈ ਕਹਿ ਦੇਣ ਵੀ ਘਰੇ ਜਾਣਾ ਤਾਂ ਘਰੇ ਨਾ ਜਾਣਾ ਇੱਥੇ ਹੀ ਰੁਕਣਾ ਅਸੀਂ ਸਾਫ ਸਫਾਈ ਨੂੰ ਲਾਗੇ ਕੈਂਪ ਦੀ ਤਿਆਰੀ ਨੂੰ ਲਾਗੇ ਤਾਂ ਪਿੱਛੋਂ ਉਹਨਾਂ ਦਾ ਉਹ ਪਾਂਜਾ ਆਇਆ ਔਰ ਉਹ ਉਹਨੂੰ ਸਕੂਟਰ ਤੇ ਬਿਠਾ ਕੇ ਲੈ ਗਿਆ ਉਹ ਜਦੋਂ ਲੈ ਗਿਆ ਉਹਦੀ ਹਿਲਜੁਲ ਦੇ ਨਾਲ ਉਹਦੇ ਸਰੀਰ ਦੇ ਅੰਦਰ ਕੁਝ ਐਸਾ ਸਿਸਟਮ ਵਿਗੜਿਆ ਜਿਵੇਂ ਮੰਨ ਲਓ ਨਾਰਮਲ ਡਿਲੀਵਰੀ ਵੀ ਹੋ ਜੇ ਤਾਂ ਉਹਨੂੰ ਵੀ ਔਰਤ ਨੂੰ ਵਿਸ਼ਰਾਮ ਕਰਨ ਵਾਸਤੇ ਕਿਹਾ ਜਾਂਦਾ ਹੈ ਪ੍ਰਾਚੀਨ ਸਮੇਂ ਤੋਂ ਸਾਡੀ ਸਿਸਟਮ ਵੀ ਚੱਲਿਆ ਰਿਹਾ ਤਾਂ ਉਹਦੇ ਨਾਲ ਉਹਦੇ ਸਿਸਟਮ ਦੇ ਵਿੱਚ ਹਿਲਜੁਲ ਹੋ ਗਈ ਲੇਕਿਨ ਫਿਰ ਵੀ ਉਹ ਆਉਣ ਵਾਲੇ ਜਿਹੜੇ ਅਗੇਤੀ ਮਹੀਨੇ ਹੋਰ ਕਿੱਥੇ 5-7 ਦਿਨ ਔਰ ਕਿੱਥੇ 6-7 ਕਟੋ-ਕਟ ਵੀ ਸਾਢੇ 5 ਮਹੀਨੇ ਉਹ ਬੀਬੀ ਚੌਂਦੀ ਰਈ ਉਹ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਇੱਕ ਅਭਿਆਸ ਸੀ ਤੇ ਬਾਪੂ ਜੀ ਇਹਨਾਂ ਦੇ ਵਿੱਚੋਂ ਜਿਵੇਂ ਹੁਣ ਤੁਸੀਂ ਦੱਸਿਆ ਕਿ ਮਲੇਰਕੋਟਲੇ ਵਾਲੇ ਜਿਹੜੇ ਇੱਕ ਲੇਡੀ ਦਾ ਤੁਸੀਂ ਹੈਨਾ ਕਿੱਸਾ ਦੱਸਿਆ ਤੇ ਇਹਦੇ ਨਾਲ ਨਾਲ ਕੋਈ ਜਿਵੇਂ ਵੀਆਈਪੀ ਹੁੰਦੇ ਆ ਉਹ ਵੀ ਆਉਂਦੇ ਆ ਤੁਹਾਡੇ ਕੋਲ ਮਤਲਬ ਪੰਜਾਬ ਦੇ ਵਿੱਚੋਂ ਔਰ ਪੂਰੇ ਇੰਡੀਆ ਦੇ ਵਿੱਚੋਂ ਜਿੱਥੇ-ਜਿੱਥੇ ਵੀ ਕੈਂਪ ਲੱਗਦਾ ਹੈ ਉੱਥੋਂ ਦੇ ਜਿਵੇਂ ਲੋਕਲ ਐਮਐਲਏ ਜੋਗੇ ਐਮਪੀ ਜੋਗੇ ਉਹ ਆਉਂਦੇ ਨੇ ਔਰ ਪੰਜਾਬ ਦੇ ਵਿੱਚ ਜਿਵੇਂ ਅਲੱਗ-ਅਲੱਗ ਥਾਵਾਂ ਤੇ ਜਿਵੇਂ ਜਿਵੇਂ ਸੰਗਰੂਰ ਕੈਂਪ ਲੱਗੇ ਤ ਪਰਮਿੰਦਰ ਟਿੰਡ ਸਾਹਿਬ ਜੀ ਸੀ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਪੂਆ ਜੀ ਉਹਨਾਂ ਦੀ ਫੈਮਿਲੀ ਸਾਰੇ ਇਲਾਜ ਵਾਸਤੇ ਉਹ ਖੁਦ ਵੀ ਸਾਨੂੰ ਮਿਲਣ ਵਾਸਤੇ ਆਏ ਔਰ ਬੜੇ ਇੰਟਰਸਟਿਡ ਮਤਲਬ ਤਕਰੀਬਨ ਪੰਜਾਬ ਦੇ ਮੰਤਰੀ ਮਿਨਿਸਟਰ ਔਰ ਜਿਵੇਂ ਸੁਰਜੀਤ ਕੁਮਾਰ ਜੈਣੀ ਜੀ ਨੇ ਜੀ ਹੈਲਥ ਮਿਨਿਸਟਰ ਵੀ ਰਹੇ ਨੇ ਉਹਨਾਂ ਦੀ ਸਾਰੀ ਫੈਮਿਲੀ ਇਲਾਜ ਵਾਸਤੇ ਸਾਡੇ ਕੋਲ ਆਂਦੀ ਰਹਿੰਦੀ ਐ ਸਤਪਰ ਗੁਸਾਈਂ ਜੀ ਸੀ ਜਿਨ੍ਹਾਂ ਨੇ ਕਿਦਬਈ ਨਗਰ ਦੇ ਵਿੱਚ ਕੈਂਪ ਲਗਾਇਆ ਔਰ ਉਹਨਾਂ ਦੇ ਕੰਨਾਂ ਦੀ ਪ੍ਰੋਬਲਮ ਸੀ ਇੱਕ ਵੱਡੀ ਇੱਕ ਵੀਆਈਪੀ ਦੀ ਗੱਲ ਸੁਣਨ ਵਾਲੀ ਹੈ ਕਿ ਉਹਨਾਂ ਨੂੰ ਕੰਨਾਂ ਦੀ ਪ੍ਰੋਬਲਮ ਸੀ ਔਰ ਡਾਕਟਰ ਕਿਉਂਕਿ ਸਾਰੇ ਡਾਕਟਰ ਤਾਂ ਉਹਨਾਂ ਦੇ ਅੰਡਰ ਹੀ ਸੀ ਉਹਨਾਂ ਨੇ ਆਪਦੇ ਮੂੰਹ ਸਾਡੇ ਕੋਲ ਵੀਡੀਓ ਕਲਿੱਪ ਵੀ ਪਈ ਏ ਉਹਨਾਂ ਦੀ ਉਸ ਟਾਈਮ ਦੀ ਰਿਕਾਰਡ ਕੀਤੀ ਉਹ ਕਹਿੰਦੇ ਵੀ ਮੈਨੂੰ ਪੰਜਾਬ ਦੇ ਸਾਰੇ ਡਾਕਟਰ ਜਾਣਦੇ ਨੇ ਔਰ ਮੇਰੇ ਕੰਨਾਂ ਦਾ ਅੱਜ ਤੱਕ ਕਿਸੇ ਨੇ ਇਲਾਜ ਨਹੀਂ ਕੀਤਾ ਔਰ ਸੰਤ ਜੀ ਕੋਲ ਮੈਨੇ 3 ਦਿਨ ਇਲਾਜ ਕਰਾਇਆ ਔਰ ਮੈਨੂੰ ਹੁਣ ਸੁਣਨ ਲੱਗਿਆ ਉਹਨਾਂ ਦੀਆਂ ਮਸ਼ੀਨਾਂ ਲੱਗੀਆਂ ਸੀ ਅੱਛਾ ਜੀ ਤੇ ਉਹ ਸਾਡੀ ਜ਼ਿੰਦਗੀ ਦਾ ਬੜਾ ਖੁਸ਼ੀ ਵਾਲਾ ਸੀ ਵੀ ਇੱਕ ਏਡੇ ਵੱਡੇ ਕੈਬਨਿਟ ਮੰਤਰੀ ਜਿਹੜੇ ਜਿਨ੍ਹਾਂ ਨੇ ਮਤਲਬ ਇਲਾਜ ਵੀ ਕਰਵਾਇਆ ਔਰ ਠੀਕ ਹੋ ਗਏ ਉਹਨਾਂ ਦੀ ਵਾਈਫ ਨੂੰ ਵੀ ਕਾਫੀ ਪ੍ਰੋਬਲਮ ਸੀ ਆਰਥਰਾਇਟਸ ਸੀ ਮਤਲਬ ਲੱਤਾਂ ਤੋਂ ਪ੍ਰੋਬਲਮ ਸੀ ਇੱਕ ਲੱਤ ਸਿੱਧੀ ਰਹਿੰਦੀ ਸੀ ਇਦਾਂ ਤੇ ਉਹਨਾਂ ਦਾ ਵੀ ਇਲਾਜ ਕੀਤਾ ਉਹ ਵੀ ਵਧੀਆ ਉਹਨਾਂ ਨੇ ਮਹਿਸੂਸ ਕੀਤਾ 15 ਦਿਨ ਕੈਂਪਸ ਸੀ ਔਰ ਦਸੰਬਰ ਮਹੀਨੇ ਚ ਏਡੀ ਸਰਦੀ ਦੇ ਵਿੱਚ ਲੱਗਿਆ ਸੀ ਔਰ ਉਹਨਾਂ ਨੇ 5 ਦਿਨ ਔਰ ਐਕਸਟੈਂਡ ਕਰਵਾ ਕੇ ਉੱਥੇ ਜਿਹੜਾ ਹੈ ਲੋਕਾਂ ਦੇ ਵਾਸਤੇ ਵੀ ਔਰ ਕਿਉਂਕਿ ਸੰਗਤ ਕਾਫੀ ਆਂਦੀ ਸੀ ਉਹ ਕਹਿੰਦੇ ਵੀ ਔਰ ਇਲਾਜ ਹੋਵੇ ਜੀ ਔਰ ਪੱਲਾ ਹੋਵੇ ਜੀ ਤਾਂ 5 ਦਿਨ ਉੱਥੇ ਅਸੀਂ ਐਕਸਟੈਂਡ ਵੀ ਕੀਤਾ ਕੈਂਪ 20 ਦਿਨ ਲਾਇਆ ਜੀ ਤੇ ਟੋਟਲ ਜੇ ਆਪਾਂ ਹੁਣ ਗੱਲਬਾਤ ਕਰੀਏ ਕਿ ਟੋਟਲ ਹੁਣ ਤੱਕ ਕਿੰਨੇ ਕ ਦੇ ਤਕਰੀਬਨ ਆਸ-ਪਾਸ ਜਿਹੜੇ ਪੇਸ਼ੈਂਟ ਆ ਤੁਹਾਡੇ ਕੋਲ ਤੋਂ ਠੀਕ ਹੋ ਕੇ ਚਲੇ ਗਏ ਸਾਡੇ ਜਿਹੜੇ ਰਿਕਾਰਡ ਦੇ ਮੁਤਾਬਕ ਤਕਰੀਬਨ 22 ਲੱਖ ਪੇਸ਼ੈਂਟ ਜਿਹੜੇ ਨੇ ਉਹ ਅੱਜ ਤੱਕ ਸਾਡੇ ਕੋਲੋਂ ਇਲਾਜ ਲੈ ਚੁੱਕੇ ਨੇ ਔਰ ਇਹਨਾਂ ਦਾ ਰਿਜ਼ਲਟ ਜਿਹੜਾ ਹੈ 95% ਰਿਹਾ ਹੈ ਜਿਹੜੇ ਠੀਕ ਹੋ ਚੁੱਕੇ ਨੇ ਜਿੰਦਾ ਸਾਰਾ ਸਾਡੇ ਕੋਲ ਸਾਰਾ ਬਾਇਓ ਡਾਟਾ ਪਿਆ ਹੈ ਵੀ ਇਨਾਂ ਪੇਸ਼ੈਂਟ ਦਾ ਇਲਾਜ ਹੋਇਆ ਔਰ ਇਹਦੇ ਵਿੱਚ ਜਿਹੜੇ ਕ੍ਰੋਨਿਕ ਜਿਹੜੀਆਂ ਬਿਮਾਰੀਆਂ ਸੀ ਜਿਵੇਂ ਵੀਟ ਅਲਰਜੀ ਦੀ ਬਿਮਾਰੀ ਸੀ ਉਹਦੇ 25500 ਤੋਂ ਕੁਝ ਉੱਪਰ ਬੱਚੇ ਅੱਜ ਤੱਕ ਦੇ ਰਿਕਾਰਡ ਦੇ ਮੁਤਾਬਕ ਠੀਕ ਹੋ ਗਏ ਨੇ ਔਰ 16-1700 ਦੇ ਕਰੀਬ ਜਿਹੜੇ ਸੀਪੀ ਦੇ ਬੱਚੇ ਜੀ ਜਿਹਦੇ ਵਿੱਚ ਦੁਨੀਆ ਦਾ ਦੁਨੀਆ ਦੀ ਕਿਸੇ ਪੈਥੀ ਦੇ ਵਿੱਚ ਇੱਕ ਬੱਚਾ ਠੀਕ ਕਰਨ ਦੀ ਵੀ ਸਮਰੱਥਾ ਨਹੀਂ ਹੈ ਔਰ ਨੈਚੁਰਲ ਪੈਥੀ ਦੇ ਨਾਲ 16 1700 ਬੱਚੇ ਜਿਹੜੇ ਜਿਹੜੇ ਬੈੱਡਾਂ ਤੇ ਪਏ ਸੀ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਕਹਿ ਲੋ ਇੰਨੀ ਤਰਸਯੋਗ ਹਾਲਾਤ ਦੇ ਵਿੱਚ ਸੀ ਉਹ ਬੱਚੇ ਚੱਲ ਪਏ ਚਾਲੂ ਹੋ ਗਏ ਉਹ ਆਪ ਦੀ ਕਿਰਿਆ ਸੋਧਨਯੋਗੇ ਹੋ ਗਏ ਇਹ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡੀ ਖੁਸ਼ੀ ਵਾਲੀ ਜੀ ਤੇ ਜੇ ਹੁਣ ਆਪਾਂ ਗੱਲਬਾਤ ਕਰੀਏ ਕਿ ਜਿਵੇਂ ਤੁਸੀਂ ਪਹਿਲਾਂ ਸਟਾਰਟਿੰਗ ਦੇ ਵਿੱਚ ਦੱਸਿਆ ਹੋਇਆ ਸੀ ਕਿ ਤੁਹਾਡੇ ਕੋਲ ਬਹੁਤ ਜਣੇ ਸਿੱਕੇ ਵੀ ਗਏ ਨੇ ਤੇ ਉਹਨਾਂ ਦੀ ਸੂਚੀ ਕਿੰਨੀ ਖੋਗੀ ਅ ਤਕਰੀਬਨ 15000 ਦੇ ਕਰੀਬ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਔਰ ਪੰਜਾਬ ਦੇ ਵਿੱਚ ਘੱਟੋ ਘੱਟ ਵੀ 8-9000 ਦੇ ਕਰੀਬ ਬੱਚੇ ਜਿਹੜੇ ਨੇ ਸਿੱਖੇ ਹੋਏ ਨੇ ਔਰ ਉਹ ਕਈ ਬੱਚੇ ਜਿਹੜੇ ਨੇ ਅਲੱਗ-ਅਲੱਗ ਥਾਵਾਂ ਤੇ ਕਰ ਵੀ ਰਹੇ ਨੇ ਅਸੀਂ ਅੱਗੇ ਇਹ ਆਸ ਵੀ ਕਰਦੇ ਹਾਂ ਕਿ ਸਰਕਾਰ ਜਿਵੇਂ ਹੁਣ ਮਾਨਤਾ ਮਿਲ ਜੇਗੀ ਤਾਂ ਵੱਤ ਵਤ ਜਿਹੜੇ ਸਾਡੇ ਨੌਜਵਾਨ ਬੱਚੇ ਨੇ ਉਹ ਖਾਲੀ ਬੈਠਣ ਦੀ ਬਜਾਏ ਜਿਵੇਂ میٹرਿਕ ਪਾਸ ਬੱਚਾ ਹੈ ਪਲੱਸ 2 ਪਾਸ میٹرਿਕ ਤੋਂ ਉੱਪਰ ਵਾਲੇ ਜਿੰਨੇ ਵੀ ਬੱਚੇ ਨੇ ਉਹਦਾ ਇਹਦਾ 1 ਸਾਲ ਦਾ ਕੋਰਸ ਹੁੰਦਾ ਹੈ ਔਰ ਉਹ ਕੋਰਸ ਕਰਕੇ ਆਪ ਦਾ ਜਿਹੜਾ ਆਪਣਾ ਸੈਂਟਰ ਖੋਲ ਕੇ ਲੋਕਾਂ ਦਾ ਵਧੀਆ ਇਲਾਜ ਕਰ ਸਕਦੇ ਨੇ ਔਰ ਨਾਲੇ ਵਧੀਆ ਜਿਹੜਾ ਆਪ ਦਾ ਲੋਕਾਂ ਦਾ ਪੱਲੇ ਦਾ ਪੱਲਾ ਔਰ ਫਾਇਦੇ ਦਾ ਫਾਇਦਾ ਔਰ ਨਾਲੇ ਜਿਹੜਾ ਆਪ ਦਾ ਪਰਿਵਾਰ ਦਾ ਖਰਚਾ ਚਲਾ ਸਕਦੇ ਨੇ ਜੀ ਆਪ ਜੀ ਦੀ ਜਾਣਕਾਰੀ ਦੇ ਵਿੱਚ ਮੈਂ ਅਸੀਂ ਦੱਸ ਦਈਏ ਕਿ ਜਦੋਂ ਅਸੀਂ ਸ਼ੁਰੂ ਕੀਤਾ ਸੀ ਟ੍ਰੇਨਿੰਗ ਦੇਣਾ ਹੂੰ ਮਤਲਬ 2000 ਦੀ ਦਸਕ ਤੋਂ ਪਹਿਲੇ ਪਹਿਲੇ ਜਿਹੜੇ ਬੱਚੇ ਪੜ੍ਹ ਲਿਖ ਕੇ ਮਤਲਬ 10 12 ਪੜ੍ਹ ਕੇ ਦਿਹਾੜੀ ਮਜ਼ਦੂਰੀ ਕਰਦੇ ਸੀ ਹੂੰ ਉਹ ਬੱਚੇ ਉਦੋਂ ਸਿੱਖ ਕੇ ਅੱਜ ਦੇਖੋ ਉਹਨਾਂ ਦੇ ਇੰਨੇ ਹਾਲਾਤ ਵਧੀਆ ਹੋ ਗਏ ਨੇ ਕਿ ਉਹਨਾਂ ਬੱਚਿਆਂ ਕੋਲੇ ਅੱਜ 10-10 ਲੱਖ ਦੀਆਂ ਗੱਡੀਆਂ ਨੇ। ਕੀ ਬਾਤ ਹੈ। ਔਰ ਵਧੀਆ ਉਹਨਾਂ ਦੇ ਘਰੇ ਕੋਠੀ ਮਕਾਨ ਬਣੇ ਹੋਏ ਨੇ ਔਰ ਉਹ ਲੋਕਾਂ ਦਾ ਪੱਧਰ ਹੈ। ਤੁਸੀਂ ਨਹੀਂ ਮਤਲਬ ਕਿ ਸੋਚਿਆ ਹੈਗਾ ਜਿਵੇਂ ਤੁਸੀਂ ਤਾਂ ਹੁਣ ਮਤਲਬ ਕਿ ਇਹ ਚੀਜ਼ ਅਵਿਸ਼ਕਾਰ ਹੈ ਤੁਸੀਂ ਜੇ ਰੈਨਵੈਂਟ ਤੁਸੀਂ ਕਰੀਏ ਤਾਂ ਤੁਸੀਂ ਕਿਉਂ ਨਹੀਂ ਮਤਲਬ ਕਿ ਉਸ ਪਾਸੇ ਨੂੰ ਕਿ ਜੇ ਤੁਹਾਡਾ ਹੁਣ ਬਾਣਾ ਦੇਖਿਆ ਜਾਵੇ ਤਾਂ ਬਹੁਤ ਸਾਦਾ ਹੈ ਤੇ ਜਦੋਂ ਵੀਡੀਓਜ਼ ਦੇ ਵਿੱਚ ਦੇਖਦੇ ਆ ਤਾਂ ਉਹ ਵੀ ਮਤਲਬ ਕਿ ਹੈ ਨਾ ਇਹੀ ਚੌਲੇ 'ਚ ਰਹਿੰਦੇ ਤੁਸੀਂ ਬਿਲਕੁਲ ਬਿਲਕੁਲ ਸਾਡੇ ਸਰਦੀ ਗਰਮੀ ਸਾਡੇ ਕੋਲ ਇਹੀ ਹੁੰਦਾ ਹੈ ਤੇ ਤੁਹਾਡੇ ਅੱਜ ਤੱਕ ਆਪ ਜੀ ਦੀ ਗੱਲ ਦੇ ਵਿੱਚ ਨਾ ਅਸੀਂ ਅੱਜ ਤੱਕ ਜਰਾਬ ਪਾਈ ਨਾ ਬੂਟ ਪਾਇਆ ਨਾ ਹੀ ਅਸੀਂ ਕਦੇ ਕੋਟੀ ਪਾਈ ਨਾ ਹੀ ਬਨਾਨਣ ਪਾਈ ਨਾ ਹੀ ਅਸੀਂ ਲੋਈ ਲੈਂਦੇ ਹਾਂ ਸਾਡਾ ਇਹੀ ਸਰਦੀ ਗਰਮੀ ਇਹੀ ਸਾਡੀ ਚੱਦਰ ਹੁੰਦੀ ਹੈ ਇਹਦੇ ਕੋਈ ਟਾਂਕਾ ਨਹੀਂ ਹੈ ਇਹਦੇ ਬਕਸੂਆ ਲੱਗਿਆ ਹੁੰਦਾ ਹੈ ਸਾਡੀ ਜ਼ਿੰਦਗੀ ਦਾ ਮਾਸਟਰ ਕਦੇ ਮਹਿਸੂਸ ਨਹੀਂ ਹੁੰਦਾ ਕਿ ਹੁਣ ਜਿਹੜੇ ਨਾਲ ਦੇ ਜਿਹੜੇ ਸਿੱਖ ਕੇ ਚਲੇਗੇ ਉਹਨਾਂ ਦੀਆਂ ਮਹਿੰਗੀਆਂ ਕਾਰਾਂ ਦੇ ਵਿੱਚ ਇੰਨੀਆਂ ਵਧੀਆ-ਵਧੀਆ ਕੋਠੀਆਂ ਦੇ ਵਿੱਚ ਰਹਿੰਦੇ ਨੇ ਕੋ ਸਤੀ ਜੀ ਪਤਾ ਕੀ ਹੁੰਦਾ ਇੱਕ ਪਿਓ ਨੂੰ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ ਕਿ ਉਹਦਾ ਪੁੱਤ ਬਹੁਤ ਵਧੀਆ ਹੋਵੇ ਔਰ ਉਹਦੀ ਉਹ ਤਰੱਕੀ ਕਰੇ ਜੀ ਇਸੇ ਤਰ੍ਹਾਂ ਗੁਰੂ ਦਾ ਵੀ ਇੱਕ ਅੰਤਰਾਤਮਾ ਹੁੰਦੀ ਹੈ ਕਿ ਮੇਰਾ ਸ਼ਿਸ਼ ਜਿਹੜਾ ਹੈ ਉਹ ਵਧੀਆ ਹੋਵੇ ਉਹਨਾਂ ਦੀ ਜਿਹੜੀ ਤਰੱਕੀ ਹੈ ਉਹੀ ਸਾਡੀ ਜ਼ਿੰਦਗੀ ਦਾ ਇੱਕ ਮਿਸ਼ਨ ਹੈ ਕੀ ਬਾਕੀ ਮਕਸਦ ਮਤਲਬ ਉਹ ਤਰੱਕੀ ਚ ਨੇ ਤੋ ਸਾਢੇ ਆਤਮਕ ਡਿੱਖੋ ਸੇ ਚਲੋ ਬਹੁਤ ਖੂਬਸੂਰਤ ਅੱਜ ਗੱਲਾਂ ਬਾਤਾਂ ਹੋਈਆਂ ਤੇ ਬਹੁਤ ਮੈਂ ਉਮੀਦ ਕਰਦਾ ਕਿ ਜਿੰਨੇ ਵੀ ਸਾਡੇ ਦਰਸ਼ਕ ਬਾਪੂ ਦੇ ਕਿਸੇ ਪ੍ਰੋਗਰਾਮ ਦੇਖ ਰਹੇ ਹੋਣਗੇ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਵਿੱਚੋਂ ਸਿੱਖਣ ਨੂੰ ਮਿਲੇ ਹੋਣਗੀਆਂ ਤੇ ਬਹੁਤ ਗਿਆਨ ਮਿਲਿਆ ਹੋਊਗਾ ਡੂੰਗਾ ਤੇ ਇੱਕ ਆਖਰੀ ਦੇ ਵਿੱਚ ਮੈਂ ਗੱਲ ਪੁੱਛਣਾ ਚਾਹਾਂਗਾ ਜਿਵੇਂ ਹੁਣ ਤੁਸੀਂ ਫਾਜ਼ਿਲਕਾ ਦੇ ਵਿੱਚ ਇਸ ਟਾਈਮ ਰਹਿ ਰਹੇ ਹੋ ਹੈਨਾ ਕੈਂਪ ਮੇਨ ਜਿਹੜਾ ਹੈਗਾ ਤੁਹਾਡਾ ਉੱਥੇ ਮਤਲਬ ਕਿ ਫਾਜ਼ਿਲਕਾ ਦੇ ਵਿੱਚ ਹੁੰਦਾ ਹੈ ਤੇ ਹੁਣ ਪਿੱਛੇ ਜੇ ਤੁਸੀਂ ਜਿਹੜਾ ਨਵਾਂ ਸ਼ਹਿਰ ਕੈਂਪ ਲਗਾ ਕੇ ਹਟੇ 10 ਦਿਨਾਂ ਦਾ ਤੇ ਅਗਲੇ ਕੈਂਪ ਕਿਹੜੇ ਆ ਰਹੇ ਦੇਖ ਰਹੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿੱਥੇ ਤੁਹਾਨੂੰ ਮਿਲ ਸਕਦੇ ਨੇ ਜਾਂ ਮਤਲਬ ਕਿ ਕੰਟੈਕਟ ਨੰਬਰ ਜਾਂ ਕਿੱਥੇ ਤੁਹਾਨੂੰ ਕੰਟੈਕਟ ਕਰ ਸਕਦੇ ਹੋ ਦਰਸ਼ਕਾਂ ਨੂੰ ਇਹ ਇੱਕ ਬੇਨਤੀ ਅਸੀਂ ਕਰ ਦਿੰਦੇ ਆ ਕਿ 1 ਤਰੀਕ ਤੋਂ ਲੈ ਕੇ 10 ਤਰੀਕ ਹਰ ਮਹੀਨੇ ਫਾਜ਼ਿਲਕਾ ਸਾਡਾ ਕੈਂਪ ਹੁੰਦਾ ਹੈ ਫਾਜ਼ਿਲਕਾ ਪੰਜਾਬ ਦੇ ਵਿੱਚ ਹੈ ਕਿਉਂਕਿ ਪੂਰੇ ਦੇਸ਼ ਔਰ ਦੇਸ਼ ਦੇ ਜਿਹੜੇ ਲੋਕ ਨੇ ਜਾਂ ਦੁਨੀਆ ਦੇ ਲੋਕ ਨੇ ਫਾਜ਼ਿਲਕਾ ਪੰਜਾਬ ਦਾ ਇੱਕ ਜ਼ਿਲ੍ਹਾ ਹੈ ਔਰ ਪਾਰਦੇ ਵਿੱਚ ਹੈ ਜਿੱਥੇ ਸਾਡਾ 1 ਤਰੀਕ ਤੋਂ ਲੈ ਕੇ 10 ਤਰੀਕ ਤੱਕ ਫਾਜ਼ਿਲਕਾ ਸ਼ਹਿਰ ਦੇ ਵਿੱਚ ਕਿ ਕੈਂਪ ਲੱਗਦਾ ਹੈ ਕਈ ਵਾਰੀ ਕਈ ਪੁੱਛਦੇ ਨੇ ਕਿ ਕਿਹੜੀ ਜਗ੍ਹਾ ਤੇ ਲੱਗਦਾ ਹੈ ਜਗ੍ਹਾ ਅਲੱਗ-ਅਲੱਗ ਹੁੰਦੀ ਹੈ ਕਿਉਂਕਿ ਅਲੱਗ-ਅਲੱਗ ਜਿਹੜੀਆਂ ਫਾਜ਼ਿਲਕਾ ਦੀਆਂ ਸੰਸਥਾਵਾਂ ਨੇ ਉਹ ਹਰ ਮਹੀਨੇ ਆਰਗੇਨਾਈਜ਼ ਕਰਦੀਆਂ ਨੇ ਕਈ ਵਾਰੀ ਪ੍ਰਤਾਪ ਬਾਗ ਦੇ ਵਿੱਚ ਹੁੰਦਾ ਹੈ ਕਈ ਵਾਰੀ ਹਨੂਮਾਨ ਮੰਦਰ ਚ ਹੁੰਦਾ ਹੈ ਕਈ ਵਾਰੀ ਪੈੜੀਵਾਲ ਧਰਮਸ਼ਾਲਾ ਚ ਹੁੰਦਾ ਹੈ ਤਾਂ ਉਹ ਜਗ੍ਹਾ ਅਲੱਗ-ਅਲੱਗ ਹੁੰਦੀ ਹੈ ਲੇਕਿਨ 1 ਤੋਂ ਲੈ ਕੇ 10 ਤਰੀਕ ਅਸੀਂ ਫਾਜ਼ਿਲਕਾ ਨੂੰ ਦਿੱਤੀ ਹੋਈ ਹੈ ਕਿਉਂਕਿ ਉਹ ਸਾਡਾ ਜਨਮ ਸਥਾਨ ਵੀ ਹੈ ਔਰ ਕਿਉਂਕਿ ਜਿਸ ਜਿਸ ਭੂਮੀ ਦੇ ਉੱਤੇ ਬੰਦਾ ਪੈਦਾ ਹੁੰਦਾ ਹੈ ਵੱਡਾ ਹੁੰਦਾ ਹੈ ਜਵਾਨ ਹੁੰਦਾ ਹੈ ਤਾਂ ਉੱਥੋਂ ਦਾ ਇੱਕ ਕਰਜ਼ ਵੀ ਬੰਦੇ ਦੇ ਉੱਤੇ ਹੁੰਦਾ ਹੈ ਉਹ ਕਰਜ਼ ਜਿਹੜਾ ਉਹ ਲਵੇ ਉਹ ਹਲਕਾ ਹੋਵੇ ਉਹਦੇ ਲਈ ਅਸੀਂ 1 ਤੋਂ 10 ਤਰੀਕ ਜਿਹੜੀ ਹੈ ਉਹ ਰੱਖੀ ਹੋਈ ਹੈ ਫਾਜ਼ਿਲਕਾ ਵਾਸਤੇ ਔਰ 15 ਤੋਂ ਲੈ ਕੇ 25 ਤਰੀਕ ਜਿਹੜੀ ਹੈ ਉਹ ਪੂਰੇ ਦੇਸ਼ ਦੇ ਅਲੱਗ-ਅਲੱਗ ਕੋਨੇ ਦੇ ਵਿੱਚ ਕੈਂਪ ਲੱਗਦਾ ਹੈ ਉਹ ਕਿਤੇ ਵੀ ਲੱਗ ਲੱਗ ਸਕਦਾ ਹੈ ਔਰ ਅਗਲਾ ਜਿਹੜਾ ਸਾਡਾ ਕੈਂਪ ਹੈ ਉਹ 12 ਦਸੰਬਰ ਤੋਂ ਲੈ ਕੇ 20 ਦਸੰਬਰ ਤੱਕ ਲੱਗੇਗਾ ਕਿਉਂਕਿ ਅਸੀਂ ਨਵੰਬਰ ਤੋਂ ਬਾਅਦ ਮਹੀਨੇ ਦੇ ਵਿੱਚ ਤਿੰਨ ਕੈਂਪ ਲਗਾਉਣ ਦੀ ਸੋਚ ਰਹੇ ਹਾਂ ਕਿ ਇੱਕ ਤੋਂ 10 ਫਾਜ਼ਿਲਕਾ ਔਰ ਜਿਹੜੇ ਬਾਕੀ ਦੇ ਦੋ ਕੈਂਪ ਜਿਹੜੇ 10-10 ਦਿਨ ਦੇ ਅਲੱਗ-ਅਲੱਗ ਥਾਂ ਤੇ ਲੱਗਣ 12 ਤੋਂ ਲੈ ਕੇ 20 ਤਰੀਕ ਤੱਕ ਦੁਸਾਂਝ ਪਿੰਡ ਹੈ ਦਿਲਜੀਤ ਦੁਸਾਂਝ ਜਿਹੜੇ ਕਲਾਕਾਰ ਹੋਏ ਨੇ ਉਹਨਾਂ ਦੇ ਪਿੰਡ ਜਿਹੜਾ ਅਸੀਂ ਕੈਂਪ ਇੱਕ ਆਰਗੇਨਾਈਜ਼ ਕਰਨਾ ਹੈ ਉਸ ਤੋਂ ਬਾਅਦ ਅੱਗੇ ਜਿਵੇਂ ਲੜੀ ਹੋਏਗੀ ਉਵੇਂ ਅਸੀਂ ਅਪਡੇਟ ਦਿੰਦੇ ਰਵਾਂਗੇ ਸਾਡੇ ਜਿਹੜੇ ਜਿਵੇਂ ਵੱਖੋ ਵੱਖਰੇ ਤੁਸੀਂ ਮਤਲਬ ਕਿ ਕਹਿ ਕੇ ਆਪਣੇ ਇੰਡੀਆ ਦੇ ਵੱਖੋ ਵੱਖਰੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਤੁਸੀਂ ਕੈਂਪ ਹੁਣ ਤੱਕ ਕਿਹੜੀ-ਕਿਹੜੀ ਸਟੇਟ ਦੇ ਵਿੱਚ ਕੈਂਪ ਲਗਾ ਚੁੱਕੇ ਹੋ ਥੋੜਾ ਜਿਹਾ ਦੱਸ ਦਿਓ ਉਸ ਤੋਂ ਬਾਅਦ ਆਪਾਂ ਸਮਾਪਤੀ ਕਰਦੇ ਹਾਂ ਅ ਤਕਰੀਬਨ ਪੂਰੇ ਪਰਦੇਸ ਦੇ ਵਿੱਚ ਤਕਰੀਬਨ ਸਟੇਟਾਂ ਦੇ ਵਿੱਚ ਕੈਂਪ ਲੱਗ ਚੁੱਕੇ ਨੇ ਕੋਈ ਇੱਕ ਦੋ ਸਟੇਟਾਂ ਪਾਵਾਂ ਰਹਿ ਗਈਆਂ ਹੁਣ ਜਿਵੇਂ ਰਾਜਸਥਾਨ ਕਰਨਾਟਕਾ ਆਂਧਰਾ ਕੇਰਲਾ ਦਿੱਲੀ ਹਿਮਾਚਲ ਪੰਜਾਬ ਤੋਂ ਲੱਗਦਾ ਹੀ ਲੱਗਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਤੋਂ ਕੈਂਪ ਚੱਲਦੇ ਰਹਿੰਦੇ ਨੇ ਇਸ ਤਰ੍ਹਾਂ ਕਰਕੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਸਾਰੇ ਤਕਰੀਬਨ ਕੈਂਪ ਲੱਗ ਚੁੱਕੇ ਨੇ ਔਰ ਅਸੀਂ ਚਾਹੁੰਦੇ ਹਾਂ ਕਿ ਔਰ ਵੀ ਅਗਰ ਜੋ ਕੋਈ ਕੈਂਪ ਦੀ ਇੱਛਾ ਰੱਖਦਾ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰਕੇ ਕੈਂਪ ਲਗਵਾ ਸਕਦਾ ਹੈ ਸੇਵਾ ਲੈ ਸਕਦਾ ਹੈ ਬਹੁਤ ਬਹੁਤ ਧੰਨਵਾਦ ਜੀ ਸੋ ਉਮੀਦ ਕਰਦਾ ਹਾਂ ਕਿ ਅੱਜ ਦੀ ਇਹ ਵੀਡੀਓ ਤੁਸੀਂ ਸਾਰਿਆਂ ਨੇ ਪਸੰਦ ਕੀਤੀ ਹੋਊਗੀ ਤੇ ਚੈਨਲ ਸੱਤਰਾਂ ਨੂੰ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਮਿਲਾਂਗੇ ਬਾਪੂ ਦੇ ਕਿਸੇ ਪ੍ਰੋਗਰਾਮ ਦੇ ਵਿੱਚ ਅਗਲੇ ਹਫਤੇ ਦਿਓ ਆ ਗਿਆ ਧੰਨਵਾਦ ਸਰ ਪੈਂਡ ਦੀ ਗੱਲ ਹੈ ਉਦੋਂ ਪੰਚਾਇਤ ਘਰ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਕੂਲ ਖੋਲਿਆ ਜਾਵੇ ਇੱਥੇ ਇੱਥੇ ਸਾਡੀ ਝੂੰਗੀ ਹੁੰਦੀ ਸੀ ਇੱਥੇ ਉਹਨਾਂ ਸੀ ਬੈਠੇ ਆ ਕਹਿੰਦਾ ਮੈਂ ਇਸ ਤਰ੍ਹਾਂ ਇਸ ਤਰ੍ਹਾਂ ਸਭ ਨੂੰ ਜਾਂਚ ਰਗਾ ਦੇ ਮੈਂ ਤੁਹਾਨੂੰ ਜਾਣਦੇ ਰਿਹਾ ਨੂੰ ਵੀ ਜਾਣਨਾ ਫਲਾਣ ਜਾਣ ਸਾਧਨ ਜਾਣਦਾ ਮੈਂ ਮੈਂ ਕੋਈ ਗਾਲੀ ਤੁਹਾਨੂੰ ਪੈਸੇ ਲੈ ਜਾ ਚਲ ਜਿਓ ਪੈਸੇ ਲੈ ਗਿਆ ਉਹ ਤੁਹਾਨੂੰ ਜੇ ਡਾਕਟਰ ਸਾਹਿਬ ਕੋਈ ਬੋਪਿੰਦਾ ਸੀਗਾ ਚਾਰ ਸਿੰਘ ਬੋਲਦਾ ਨਾ ਤੇ ਉਹਨੇ ਇਹਨੂੰ ਟੱਕਰ ਗਿਆ ਸ਼ਿਵ ਕੁਮਾਰ ਨੂੰ ਸ਼ਿਵ ਕੁਮਾਰ ਵੀ ਮੋਤੀ ਬੰਦਾ ਸੀਗਾ ਉਹ ਦੋਨਾਂ ਦੀ ਆੜੀ ਲਾ ਕੇ ਕੋਲ ਆਲਾ ਪਰਵਾਇਆ ਵਾ ਸੀ ਮੇਰੇ ਵਾਲੇ ਬਿਠਾ ਲਿਆ ਪੰਜੋਲ ਗਾਰਡਨ ਬਾਗ ਚਲੇ ਗਏ ਮੈਨੇ ਬਿਠਾ ਲਿਆ ਨਾਲ ਉਹਨੇ ਉਦੋਂ ਉਹ ਜਿਉ ਉਹਨੇ ਦੋ ਇੱਕ ਤਾਂ ਪਾ ਚ ਬਹੁਤੇ ਕਿਤਾਬਾਂ ਨਹੀਂ ਚੱਪੀਆਂ ਹੋ ਗਈਆਂ ਤੇ ਰਾਤ ਨੂੰ ਜਦੋਂ ਜੈ ਡੱਡੂ ਮੱਛਰੇ ਕੋਲ ਲੰਘਣ ਲੱਗੇ ਕਿਸੇ ਨੇ ਸਾਡਾ ਸਾਈਕਲ ਖੋਲਿਆ